ਧੰਨ ਵਾਹਿ ਗੁਰੂ ਸਾਹਿਬ ਜੀਓ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਇਹੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰ ਅਰਜੁਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ, ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਉਂ ਬਹੋਰੀ, ਕਿਰਪਾਲਾ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਤਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮੈਂ ਗਿਆਨ ਹੈ ਮਾਨਕ ਭਗਤ ਬੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ, ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ, ਸ਼੍ਰੀ ਗੁਰ ਹਮ ਨਹਿ ਆਏ ਸਟਾਰੀ, ਤਜ ਦਰ ਫੁਰਿਓ ਦੁਆਰ ਪਿਛਾਰੀ, ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ ਜੀਵਨ ਦੇ ਕੁਝ ਕੁ ਸਮੇਂ ਨੂੰ, ਜੀਵਨ ਦੀਆਂ ਕੁਝ ਕੁ ਘੜੀਆਂ ਨੂੰ ਸਫਲਾ ਕਰਨ ਦਾ, ਬਣਾਉਣ ਦਾ ਇੱਕ ਯਤਨ ਉਪਰਾਲਾ ਕਰਦੇ ਪਏ ਹੋ। ਆਪ ਜੀ ਨੇ ਬੜੇ ਪਿਆਰ ਦੇ ਨਾਲ, ਅਦਬ ਸਤਿਕਾਰ ਦੇ ਨਾਲ ਸੋਧਰ ਬਾਣੀ ਦੇ ਪਾਠ ਸਰਵਣ ਕੀਤੇ ਹਨ। ਜਿਤਨਾ ਵੀ ਸਮਾਂ ਮਿਲਿਆ ਹੈ, ਸੋ ਆਓ ਗੁਰ ਇਤਿਹਾਸ ਦੀ ਪਾਵਨ ਕਥਾ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਬਖਸ਼ੋ ਅਸੀਸ, ਪਾਓ ਗੁਰਫਤਿਹ ਨਾਲ ਸਾਂਝ, ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰ ਹਮ ਨਹਿ ਆਏ ਸਟਾਰੀ, ਤਜ ਦਰ ਫੁਰਿਓ ਦੁਆਰ ਪਿਛਾਰੀ। ਆਪ ਜੀ ਨੇ ਪਿਛਲੀਆਂ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ ਕਿ ਬਾਬਾ ਦਾਤੂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਪੁੱਤਰ, ਉਹ ਆਇਆ ਹੈ ਗੋਇੰਦਵਾਲ ਸਾਹਿਬ ਵਿਖੇ। ਖੱਤਰੀਆਂ ਨੇ, ਉਹਦੇ ਦੋਸਤਾਂ ਨੇ ਉਹਨੂੰ ਚੁੱਕ ਦਿੱਤਾ ਕਿ ਵੇਖ ਖਡੂਰ ਸਾਹਿਬ ਤੇਰੇ ਕੋਲ ਕੋਈ ਨਹੀਂ ਆਉਂਦਾ, ਤੂੰ ਗੱਦੀ ਲਾ ਕੇ ਬੈਠਾ ਹੈ, ਕੋਈ ਭੇਟਾ ਨਹੀਂ, ਕੋਈ ਅੰਨ ਨਹੀਂ, ਕੋਈ ਧਨ ਨਹੀਂ, ਕੋਈ ਤੇਰੀ ਵਡਿਆਈ ਨਹੀਂ ਹੋ ਰਹੀ, ਉੱਧਰ ਵੇਖ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੈਠੇ ਨੇ, ਸਭ ਕੁਝ ਹੈ, ਰੌਣਕ ਲੱਗੀ ਹੈ, ਸ਼ਾਨੋ ਸ਼ੌਕਤ ਹੈ। ਗੁੱਸੇ ਦੇ ਵਿੱਚ ਆਇਆ, ਸੋਚਿਆ ਵੀ ਮੇਰੇ ਰਾਹ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਅਰੋੜਾ ਨੇ ਆਇਆ ਦਰਬਾਰ ਵਿੱਚ, ਸਤਿਗੁਰਾਂ ਦਾ ਦਰਬਾਰ ਲੱਗਾ ਭਰੇ ਦਰਬਾਰ ਦੇ ਵਿੱਚ, ਸਤਿਗੁਰਾਂ ਦੀ ਛਾਤੀ ਵਿੱਚ ਲੱਤ ਮਾਰੀ, ਸਤਿਗੁਰੂ ਡਿੱਗ ਪਏ ਨੇ।
ਗੁੱਸੇ ਦੇ ਵਿੱਚ ਆ ਕੇ ਕਹਿੰਦਾ ਵੀ ਤੁਸੀਂ ਇਹ ਛੱਡ ਜਾਓ, ਇਹ ਤੁਸੀਂ ਪਖੰਡ ਕਰਦੇ ਪਏ ਹੋ, ਮੈਂ ਪੁੱਤਰ ਹਾਂ, ਗੱਦੀ ਦਾ ਮਾਲਕ ਮੈਂ ਹਾਂ। ਸਤਿਗੁਰਾਂ ਨੂੰ ਕੌੜੇ ਬਚਨ ਬੋਲੇ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਸੇ ਰਾਤ ਨੂੰ, ਅੱਧੀ ਰਾਤ ਨੂੰ ਗੋਇੰਦਵਾਲ ਸਾਹਿਬ ਛੱਡ ਗਏ ਨੇ। ਜਿਹੜਾ ਉਹਨਾਂ ਦਾ ਜੱਦੀ ਪਿੰਡ ਸੀ ਬਾਸਰਕਾ, ਉਹਦੇ ਤੋਂ ਬਾਹਰ ਇੱਕ ਕੱਚਾ ਕੋਠਾ ਹੈ ਜਿਹਦੇ ਵਿੱਚ ਗਾਵਾਂ ਬੰਨੀਆਂ ਜਾਂਦੀਆਂ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਕੱਚੇ ਕੋਠੇ ਵਿੱਚ ਆ ਕੇ ਦਰਵਾਜ਼ਾ ਬੰਦ ਕਰ ਲਿਆ, ਬਾਹਰ ਚਿਨਾਈ ਕਰ ਦਿੱਤੀ, ਤਖਤੀ ਲਿਖ ਕੇ ਲਾ ਦਿੱਤੀ ਵੀ ਜਿਹੜਾ ਵੀ ਇਸ ਦਰਵਾਜ਼ੇ ਨੂੰ ਖੋਲ੍ਹੇਗਾ ਸਾਡਾ ਸਿੱਖ ਨਹੀਂ ਹੋਏਗਾ। ਇੱਧਰ ਜਦੋਂ ਸੰਗਤ ਨੂੰ ਦਰਸ਼ਨ ਨਾ ਹੋਏ, ਸੰਗਤ ਬੇਬਲ ਹੋ ਗਈ ਵੀ ਸਤਿਗੁਰਾਂ ਦੇ ਦਰਸ਼ਨ ਨਹੀਂ ਹੋ ਰਹੇ ਹੈ। ਸੰਗਤ ਨੇ ਫਿਰ ਬਾਬੇ ਬੁੱਢੇ ਨੂੰ ਕਿਹਾ ਅਤੇ ਬਾਬਾ ਬੁੱਢਾ ਜੀ ਨੇ ਸਾਰਾ ਉਹ ਸੀਨ ਸੁਣਿਆ ਅਤੇ ਜਦੋਂ ਸੁਣਿਆ ਵੀ ਘੋੜੀ ਸਤਿਗੁਰਾਂ ਦੀ ਇੱਥੇ ਹੈ, ਘੋੜੀ ਨੂੰ ਫਿਰ ਅੱਗੇ ਲਾਇਆ, ਘੋੜੀ ਉਸ ਸਥਾਨ 'ਤੇ ਲੈ ਗਈ ਜਿਸ ਸਥਾਨ ਦੇ ਉੱਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੈਠੇ ਨੇ। ਹੁਣ ਪਤਾ ਲੱਗ ਗਿਆ, ਬਾਹਰ ਤਖਤੀ ਵੀ ਵੇਖ ਲਈ, ਪਰ ਸੰਗਤ ਬੜੀ ਹੈਰਾਨ ਪਰੇਸ਼ਾਨ ਵੀ ਸਤਿਗੁਰੂ ਅੰਦਰ ਨੇ, ਦਰਵਾਜ਼ਾ ਬੰਦ, ਦਰਵਾਜ਼ੇ ਦੇ ਬਾਹਰ ਚਿਨਾਈ ਹੈ, ਕਿਵੇਂ ਖੋਲ੍ਹਾਂਗੇ? ਫਿਰ ਬਾਬਾ ਬੁੱਢਾ ਜੀ ਨੇ ਪਿੱਛੇ ਜਾ ਕੇ, ਪਿੱਛੋਂ ਦੀ ਜਾ ਕੇ ਸੰਨ ਲਾਈ ਹੈ, ਸੰਨ ਲਾਈ, ਪਾੜ ਪਾਇਆ, ਕੰਧ ਵਿੱਚ ਅੰਦਰ ਗਏ ਨੇ। ਅਤੇ ਜਦੋਂ ਅੰਦਰ ਗਏ, ਸਤਿਗੁਰੂ ਅਡੋਲ ਬੈਠੇ ਸਨ, ਮਸਤਕ ਰੱਖ ਦਿੱਤਾ, ਸਤਿਗੁਰਾਂ ਦੇ ਚਰਨਾਂ ਨੂੰ ਛੂਹਿਆ, ਸਤਿਗੁਰਾਂ ਦੇ ਨੇਤਰ ਖੁੱਲ੍ਹੇ, ਸਤਿਗੁਰੂ ਬੋਲੇ, ਕਹਿਣਗੇ ਭਾਈ ਸਿੱਖਾ, ਅਵਕਿਆ ਕੀਤੀ? ਅਸੀਂ ਲਿਖ ਕੇ ਲਾਇਆ ਵੀ ਜਿਹੜਾ ਦਰਵਾਜ਼ਾ ਖੋਲ੍ਹੇਗਾ ਸਾਡਾ ਸਿੱਖ ਨਹੀਂ ਹੋਏਗਾ, ਤੂੰ ਕਿੱਦਾਂ ਅੰਦਰੋਂ ਅੰਦਰ ਆਇਆ ਹੈ? ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਬਾਬਾ ਬੁੱਢਾ ਜੀ ਕਹਿਣ ਲੱਗੇ ਨੇ, ਸਤਿਗੁਰੂ ਮੇਰੇ ਵਿੱਚ ਹਿੰਮਤ ਹੈ ਕੋਈ ਵੀ ਮੈਂ ਤੁਹਾਡੀ ਅਵਗਿਆ ਕਰਾਂ, ਤੁਹਾਡੇ ਹੁਕਮ ਦੀ ਅਦੂਲੀ ਕਰਾਂ? ਮੇਰੇ ਵਿੱਚ ਕੋਈ ਤਾਕਤ ਨਹੀਂ ਸਤਿਗੁਰੂ, ਮੈਂ ਤੁਹਾਡੇ ਹੁਕਮ ਨੂੰ ਟਾਲਿਆ ਨਹੀਂ ਸਤਿਗੁਰੂ, ਦਰਵਾਜ਼ਾ ਬੰਦ ਹੈ, ਮੈਂ ਪਿੱਛੋਂ ਦੀ ਸੰਨ ਲਾ ਕੇ ਕੰਧ ਵਿੱਚ ਪਾੜ ਪਾ ਕੇ ਆਇਆ ਹਾਂ। ਸਭ ਸਿੱਖਨ ਮਨ ਬਿਆਕੁਲ ਹੈਰਾ, ਦੁਰੇ ਆਪ ਕਰ ਜਗਤ ਅੰਧੇਰਾ। ਜਿਹੜੇ ਸਿੱਖ ਸਨ ਉਹਨਾਂ ਦੇ ਮਨ ਵਿਆਕੁਲ ਹੋ ਗਏ, ਜਦੋਂ ਸਤਿਗੁਰੂ ਤੁਹਾਡੇ ਦਰਸ਼ਨ ਨਹੀਂ ਹੋਏ, ਉਹਨਾਂ ਦੇ ਮਨ ਦੇ ਵਿੱਚ ਹਨੇਰਾ ਛਾ ਗਿਆ, ਜਦੋਂ ਤੁਸੀਂ ਆਪਣੇ ਆਪ ਨੂੰ ਛੁਪਾ ਲਿਆ। ਇਹ ਬਿਦ ਕਿਉਂ ਕਰ ਬਨਹਿ ਗੁਸਾਈ, ਛਪੋ ਆਪ ਸੰਗਤ ਦੁੱਖ ਪਾਏ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਿਉਂ ਇੱਥੇ ਬੈਠੇ ਹੋ? ਸੰਗਤ ਤੁਹਾਡੇ ਦਰਸ਼ਨ ਨਾ ਹੋਣ ਕਾਰਨ ਦੁੱਖ ਪਾ ਰਹੀ ਹੈ। ਸਰਬ ਸ਼ਕਤ ਜੋਤ ਸਮਰੱਥ ਪੂਰਨ, ਚਹੋ ਜੇ ਚਿਤ ਮਹਿ ਕਰ ਹੋ ਤੂਰਨ। ਸਤਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਜੋ ਵੀ ਤੁਹਾਡੇ ਚਿੱਤ ਵਿੱਚ ਆਉਂਦਾ ਹੈ ਉਹ ਤੁਸੀਂ ਕਰ ਸਕਦੇ ਹੋ। ਤੀਨ ਲੋਕ ਪਰ ਹੁਕਮ ਤੁਮਾਰਾ, ਬੈਠੋ ਤੁਮ ਕਿਸ ਤੇ ਡਰ ਧਾਰਾ। ਸਤਿਗੁਰੂ, ਤਿੰਨ ਲੋਕਾਂ ਦੇ ਉੱਤੇ, ਪੂਰੀ ਦੁਨੀਆਂ ਦੇ ਉੱਤੇ ਤੁਹਾਡਾ ਹੁਕਮ ਚੱਲਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕਿਉਂ ਇਸ ਜਗ੍ਹਾ ਦੇ ਉੱਤੇ ਬੈਠੇ ਹੋ? ਨਿਕਸੋ ਵਹਿਰ ਦਿਖਾ ਬਹੁ ਦਰਸ਼ਨ, ਕਰ ਹੈ ਸੰਗਤ ਪਾਇਨ ਪਰਸਨ। ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਬਾਹਰ ਨਿਕਲੋ, ਸੰਗਤ ਵਿਆਕੁਲ ਹੈ, ਤੁਹਾਡੇ ਦਰਸ਼ਨਾਂ ਵਾਸਤੇ ਉਤਾਵਲੀ ਹੈ, ਬਾਹਰ ਨਿਕਲੋ ਤਾਂ ਜੋ ਸੰਗਤ ਤੁਹਾਡੇ ਦਰਸ਼ਨ ਕਰ ਸਕੇ। ਸ੍ਰੀ ਅੰਗਦ ਕੀ ਸਿਮਰੋ ਸਿੱਖਿਆ, ਨਾਮ ਜਪਾਏ ਕਰੋ ਸਿੱਖ ਰੱਖਿਆ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਸਿੱਖਿਆ ਸੀ ਸਤਿਗੁਰੂ ਤੁਸੀਂ ਨਾਮ ਜਪਾਉਣਾ ਹੈ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੁਹਾਨੂੰ ਇਹ ਸਿੱਖਿਆ ਦੇ ਕੇ ਗਏ ਸਨ। ਸੁਨਤ ਭਏ ਸ੍ਰੀ ਅਮਰ ਪ੍ਰਸੰਨ, ਕਹਿਓ ਬ੍ਰਿਧ ਕੋ ਤੁਮ ਬਹੁ ਧੰਨ। ਜਦੋਂ ਸੰਗਤ ਨੇ, ਖਿਮਾ ਕਰਨਾ, ਬਾਬਾ ਬੁੱਢਾ ਜੀ ਨੇ ਇਹ ਬਚਨ ਕਹੇ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਨੇ, ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ, ਬਾਬਾ ਬੁੱਢਾ ਜੀ ਤੁਸੀਂ ਧੰਨ ਹੋ। ਪਰ ਉਪਕਾਰ ਹੇਤ ਸਭ ਕਰਿਓ, ਸਿੱਖੀ ਕੋ ਸਥੰਭ ਹਵੈ ਥਿਰਿਓ। ਤੁਸੀਂ ਪਰਉਪਕਾਰੀ ਹੋ, ਸਭ ਕੁਝ ਤੁਸਾਂ ਨੇ ਕੀਤਾ ਹੈ ਪਰਉਪਕਾਰ ਵਾਸਤੇ, ਤੁਸੀਂ ਮਾਨੋ ਸਿੱਖੀ ਦੇ ਥੰਭ ਹੋ। ਮਤਸਰ ਪਾਵਕ ਜਵਲਤ ਮਹਾਨਾ, ਈਂਧਨ ਧੀਰਜ ਗਿਆਨ ਰੋ ਧਿਆਨਾ। ਮਹਾਰਾਜ ਕਹਿੰਦੇ, ਬਾਹਰ ਦੀ ਜਿਹੜੀ ਹਾਲਤ ਹੈ ਵੀ ਦੁਨੀਆਂ ਜਿਹੜੀ ਈਰਖਾ ਦੀ ਅੱਗ ਦੇ ਵਿੱਚ ਸੜਦੀ ਪਈ ਹੈ, ਉਹਦੇ ਵਿੱਚ ਗਿਆਨ ਧਿਆਨ ਸਭ ਕੁਝ ਸੜਦਾ ਜਾ ਰਿਹਾ ਹੈ। ਪਿਛਤਾਸ਼ਨੀ ਆਸ ਦੁਖਦਾਈ, ਪੁਰਹਿ ਨਾਰਾਜ ਤਿਰ ਲੋਕੀ ਪਾਏ। ਇਹ ਜਿਹੜੀ ਆਸਾ ਹੈ ਆਦਮ ਖੋਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਸਾਂ ਦੇ ਵਿੱਚ, ਇਛਾਵਾਂ ਦੇ ਵਿੱਚ ਮਨੁੱਖ ਫਸ ਕੇ ਦੁਖੀ ਹੋ ਰਿਹਾ, ਭਾਵੇਂ ਬੰਦੇ ਨੂੰ ਤ੍ਰਿਲੋਕੀ ਦਾ ਰਾਜ ਮਿਲ ਜਾਏ ਤਾਂ ਵੀ ਬੰਦਾ ਤ੍ਰਿਪਤ ਨਹੀਂ ਹੋਵੇਗਾ। ਮੋਹਸੈਨ ਕੋ ਜੋਰ ਮਹਾਨਾ, ਜਹ 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 ਕਹਿ ਸਤਿਗੁਣ ਕੀ ਕਰਹਾਨਾ। ਸਤਿਗੁਰ ਕਹਿੰਦੇ, ਮੋਹ ਦੀ ਸੈਨਾ ਦਾ ਜ਼ੋਰ ਹੈ, ਜਿੱਥੇ ਕਿੱਥੇ ਵੀ ਦੇਖਿਆ ਜਾ ਰਿਹਾ ਹੈ ਸਤਿਗੁਣਾਂ ਦੀ, ਚੰਗੇ ਗੁਣਾਂ ਦੀ ਹਾਨੀ ਹੋ ਰਹੀ ਹੈ। ਬਹੁ ਕੁਚਾਲ ਕਲ ਕਾਲ ਬਿਥਾਰੀ, ਪੰਡਤ ਮੂਡਨ ਸਭ ਉਰ ਧਾਰੀ। ਸਤਿਗੁਰ ਕਹਿੰਦੇ,
ਕਹਿੰਦੇ ਬਾਹਰ ਭੈੜੀ ਚਾਲ ਫੈਲੀ ਪਈ ਹੈ, ਦੁਨੀਆ ਜਿਹੜੀ ਕੁਚਾਲ ਦੇ ਰਸਤੇ 'ਤੇ ਤੁਰ ਰਹੀ ਹੈ, ਵੱਡੇ ਵੱਡੇ ਸਿਆਣੇ ਵਿਦਵਾਨ ਅਖਵਾਉਣ ਵਾਲੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਇਆ ਦੇ ਵਿੱਚ ਮੂਰਖ ਬਣੇ ਹਨ। ਤਿਸ ਕੋ ਤ੍ਰਾਸ ਬਿਲੋਕ ਬਿਸਾਲਾ, ਆਨ ਛਪੇ ਕੋਸ਼ਨ ਇਸ ਕਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਮੈਂ ਬਾਹਰ ਦੀ ਹਾਲਤ ਵੇਖੀ ਤੇ ਇੱਕ ਮੇਰੇ ਸਾਹਮਣੇ ਬਾਬਾ ਦਾਤੂ ਨਜ਼ਰ ਆਇਆ, ਜਿਹੜਾ ਚਾਹੁੰਦਾ ਸੀ ਗੱਦੀ 'ਤੇ ਮੈਂ ਬੈਠ ਜਾਵਾਂ। ਸਤਿਗੁਰ ਕਹਿੰਦੇ ਮੈਂ ਨਹੀਂ ਚਾਹੁੰਦਾ ਸੀ ਕੋਈ ਉਹਦੇ ਨਾਲ ਵਿਵਾਦ ਕਰਾਂ, ਝਗੜਾ ਕਰਾਂ, ਲੜਾਈ ਕਰਾਂ, ਇਸ ਕਰਕੇ ਸਤਿਗੁਰ ਕਹਿੰਦੇ ਮੈਂ ਇਸ ਕੋਠੇ ਦੇ ਵਿੱਚ ਆ ਕਰਕੇ ਬੈਠ ਗਿਆ। ਸੁਨ ਬ੍ਰਿਧ ਨੇ ਪੁਨ ਬਾਕ ਬਖਾਨੇ, ਸਭ ਕੌਤਕ ਤੁਮਨੇ ਇਹ ਠਾਨੇ। ਤੇ ਬਾਬਾ ਬੁੱਢਾ ਜੀ ਨੇ ਕਹਿਣਾ ਕੀਤਾ, ਸਤਿਗੁਰੂ ਇਹ ਤੁਹਾਡੇ ਕੌਤਕ ਨੇ, ਤੁਸੀਂ ਕੋਠੇ ਵਿੱਚ ਆ ਕੇ ਬੈਠੇ ਹੋ ਮਹਾਰਾਜ, ਇਹ ਵੀ ਤੁਹਾਡਾ ਇੱਕ ਅਛੰਭਾ ਕੌਤਕ ਹੈ। ਆਪਣੀ ਲੀਲਾ ਆਪ ਨਿਹਾਰੋ, ਕਿਸੇ ਉਪਾਵ ਹੋ ਕਿਸੇ ਸੰਘਾਰ ਹੋ। ਸਤਿਗੁਰੂ ਜੀ ਤੁਸੀਂ ਆਪਣੀ ਲੀਲਾ ਨੂੰ ਆਪ ਵੇਖੋ, ਤੁਹਾਡੇ ਵਿੱਚ ਪਾਵਰ ਹੈ, ਤਾਕਤ ਹੈ, ਤੁਸੀਂ ਕਿਸੇ ਨੂੰ ਉਪਾਵ ਭਾਵ ਬਿਛਾ ਸਕਦੇ ਹੋ ਤੇ ਸੰਘਾਰ ਵੀ ਸਕਦੇ ਹੋ। ਸਭ ਜੀਵਨ ਕੈ ਜੀਵ ਬਿਸਾਲਾ, ਦੇਹੋ ਜੀਵ ਕਾ ਤੁਮ ਸਭ ਕਾਲਾ। ਸਤਿਗੁਰੂ ਤੁਸੀਂ ਸਾਰੇ ਜੀਵਾਂ ਦੇ ਆਸਰੇ ਹੋ, ਸਤਿਗੁਰੂ ਤੁਸੀਂ ਸਾਰਿਆਂ ਨੂੰ ਰੋਜ਼ੀ ਦੇਣ ਵਾਲੇ ਹੋ, ਆਸਰਾ ਦੇਣ ਵਾਲੇ ਹੋ। ਸੰਗਤ ਵਿਆਕੁਲ ਆਪਣੀ ਜਾਨੋ, ਦਰਸ਼ਨ ਦੇਹੋ ਕਸ਼ਟ ਕੋ ਹਾਨੋ। ਮਹਾਰਾਜ ਸੱਚੇ ਪਾਤਸ਼ਾਹ ਸੰਗਤ ਬਾਹਰ ਖੜੀ ਹੈ, ਕਿਰਪਾ ਕਰੋ, ਸੰਗਤ ਨੂੰ ਦਰਸ਼ਨ ਦਵੋ, ਸੰਗਤ ਦਾ ਜਿਹੜਾ ਕਸ਼ਟ ਹੈ, ਦੁੱਖ ਹੈ, ਉਹਨੂੰ ਕੱਟ ਦਵੋ। ਧਰਹਿ ਕਾਮਨਾ ਪੂਰਨ ਕਰੀਐ, ਬਿਰਧ ਕਿਰਪਾਲ ਸਦੀਵ ਵਿਚਰੀਐ। ਸਤਿਗੁਰੂ ਦੀ ਸੰਗਤ ਦੀ ਕਾਮਨਾ ਪੂਰੀ ਕਰੋ, ਤੁਹਾਡਾ ਜਿਹੜਾ ਸੁਭਾਅ ਹੈ ਕਿਰਪਾਲੂ ਹੈ, ਦਿਆਲੂ ਹੈ, ਰਹਿਮਤ ਕਰੋ, ਕਿਰਪਾ ਕਰੋ, ਸੰਗਤ ਦੀ ਜਿਹੜੀ ਇੱਛਾ ਨੂੰ ਪੂਰਿਆਂ ਕਰੋ। ਬਿਨਤੀ ਸੁਣ ਕੇ ਬਾਕ ਉਚਾਰਾ, ਉੱਠੋ ਆਪ ਅਬ ਖੋਲੋ ਦੁਆਰਾ। ਤੇ ਉਸ ਵਕਤ ਕਹਿਣਾ ਕੀਤਾ, ਬਿਨਤੀ ਸੁਣ ਕੇ ਬਾਕ ਉਚਾਰਾ, ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਦਰਵਾਜ਼ਾ ਖੋਲੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬੇ ਬੁੱਢੇ ਦੀ ਬੇਨਤੀ ਸੁਣੀ ਤੇ ਕਹਿਣ ਲੱਗੇ ਬਾਬਾ ਬੁੱਢਾ ਜੀ ਖੜੇ ਹੋਵੋ, ਇਹ ਦਰਵਾਜ਼ੇ ਨੂੰ ਤੁਸੀਂ ਖੋਲੋ। ਸੰਗਤ ਕੋ ਦਰਸਾਓ ਭਲੇਰੇ, ਇਹ ਉਪਕਾਰ ਹੋਏ ਸਭ ਤੇਰੇ। ਬਾਬਾ ਬੁੱਢਾ ਜੀ ਜੇ ਸੰਗਤ ਨੂੰ ਇੱਥੇ ਤੱਕ ਲੈ ਕੇ ਆਏ ਹੋ ਤੇ ਅਗਲਾ ਜਿਹੜਾ ਕੰਮ ਉਹ ਵੀ ਤੁਸੀਂ ਕਰ ਦਵੋ, ਸੰਗਤ ਨੂੰ ਸਾਡੇ ਦਰਸ਼ਨ ਕਰਵਾ ਦਵੋ। ਸੁਣ ਕੇ ਬ੍ਰਿਧ ਬਿਲੰਦ ਆਨੰਦੋ, ਤੂਰਨ ਉੱਠਿਓ ਗੁਰੂ ਪਦ ਬੰਦੋ। ਤੇ ਜਦੋਂ ਇੱਕਦਮ ਇਹ ਬਚਨ ਸੁਣੇ ਬਾਬੇ ਬੁੱਢੇ ਨੇ, ਇੱਕਦਮ ਬਾਬਾ ਬੁੱਢਾ ਜੀ ਖੁਸ਼ ਹੋ ਗਏ, ਮਸਤਕ ਚਰਨਾਂ ਦੇ ਉੱਤੇ ਰੱਖ ਦਿੱਤਾ, ਇੱਕਦਮ ਉੱਠੇ ਹਨ। ਤਹਾ ਈਂਟ ਕਾ ਖੋਲਿਓ ਦੁਆਰਾ, ਸਭ ਸੰਗਤ ਕੋ ਤਬ ਹੈ ਹਕਾਰਾ। ਦਰਵਾਜ਼ੇ ਦੇ ਬਾਹਰ ਜਿਹੜੀ ਇੱਟਾਂ ਦੀ ਚਿਨਾਈ ਸੀ, ਬਾਬੇ ਬੁੱਢੇ ਨੇ ਢਹਾ ਕੇ ਤੇ ਦਰਵਾਜ਼ੇ ਨੂੰ ਖੋਲ੍ਹ ਦਿੱਤਾ ਹੈ। ਸਭ ਸੰਗਤ ਕੋ ਤਬ ਹੈ ਹਕਾਰਾ, ਸੰਗਤ ਬਾਹਰ ਖੜੀ ਸੀ ਤੇ ਸੰਗਤ ਨੂੰ ਬਾਬੇ ਬੁੱਢੇ ਨੇ ਸੱਦਾ ਦਿੱਤਾ ਵੀ ਸੰਗਤ ਜੀ ਆਓ, ਸਤਿਗੁਰੂ ਜੀ ਹੁਣ ਇੱਥੇ ਹਨ, ਦਰਸ਼ਨ ਕਰ ਲਵੋ। ਦਿਖਤ ਹੋਤੇ ਸੁਨ ਬ੍ਰਿਧ ਕੀ ਆਗਿਆ, ਹਰਖਤ ਭਈ ਪ੍ਰੇਮ ਰਸ ਪਾ ਗਿਆ। ਤੇ ਉਸ ਵਕਤ ਜਦੋਂ ਸੰਗਤ ਨੇ ਵੇਖਿਆ ਸਤਿਗੁਰੂ ਪ੍ਰਗਟ ਹੋ ਗਏ, ਬਾਬਾ ਬੁੱਢਾ ਜੀ ਨੇ ਮਨਾ ਲਿਆ, ਸਾਰੀ ਸੰਗਤ ਪ੍ਰੇਮ ਰਸਤੇ ਵਿੱਚ ਮਗਨ ਹੋ ਗਈ ਹੈ। ਹੁਮ ਹੁਮਾਏ ਸੰਗਤ ਸਭ ਆਈ, ਭਈ ਵੀਰ ਤਹਿ ਥਾਉ ਨਾ ਪਾਈ। ਸਾਰੀ ਸੰਗਤ ਕੋਠੇ ਵਿੱਚ ਪ੍ਰਵੇਸ਼ ਕਰ ਗਈ, ਕੋਠਾ ਭਰ ਗਿਆ, ਉਹ ਕੱਚਾ ਕੋਠਾ ਸੀ, ਸੰਗਤ ਨਾਲ ਭਰ ਗਿਆ, ਖੜਨ ਵਾਸਤੇ ਥਾਂ ਨਹੀਂ ਹੈ। ਪਦ ਪੰਕਜ ਪਰਸਹਿ ਕਰ ਬੰਦ ਹੈ, ਦਰਸਹਿ ਸਤਿਗੁਰ ਹਿਰਦੈ ਆਨੰਦ ਹੈ। ਸੰਗਤ ਬੜੀ ਖੁਸ਼ ਹੋਈ, ਸੰਗਤ ਨੇ ਸਤਿਗੁਰਾਂ ਦੇ ਚਰਨ ਪਰਸੇ ਨੇ ਦਰਸ਼ਨ ਕੀਤੇ ਨੇ ਤੇ ਕਵੀ ਜੀ ਲਿਖਦੇ ਪਏ ਨੇ ਵੀ ਹਿਰਦੇ ਦੇ ਵਿੱਚ ਆਨੰਦ ਪੈਦਾ ਹੋ ਗਿਆ ਹੈ। ਤਰਹਿ ਉਪਾਇਨ ਪ੍ਰੇਮ ਵਧਾਵਹਿ, ਜੈ ਜੈਕਾਰ ਉਚਾਰ ਸੁਣਾਵਹਿ। ਸਤਿਗੁਰੂ ਦੇ ਅੱਗੇ ਭੇਟਾਵਾਂ ਵੀ ਰੱਖਦੇ ਨੇ, ਸਤਿਗੁਰੂ ਦੇ ਨਾਲ ਜਿਹੜਾ ਪਿਆਰ ਹੈ ਸਾਂਝਾ ਕਰਦੇ ਪਏ ਨੇ ਤੇ ਸਤਿਗੁਰੂ ਦੇ ਨਾਂ ਦੀ ਜੈ ਜੈਕਾਰ ਕਰ ਰਹੇ ਹਨ। ਸਭ ਸੰਗਤ ਬੈਠੀ ਹਰਖਾਏ, ਭੇਟਨ ਕੇ ਅੰਬਾਰ ਲਗਾਏ। ਸਾਰੀ ਸੰਗਤ ਖੁਸ਼ੀ ਦੇ ਨਾਲ ਬੈਠੀ ਹੈ ਤੇ ਸਤਿਗੁਰਾਂ ਦੇ ਅੱਗੇ ਭੇਟਾਵਾਂ ਦਾ ਜਿਹੜਾ ਅੰਬਾਰ ਹੈ ਲੱਗ ਗਿਆ ਹੈ। ਸਭਨ ਸੁਣਾਏ ਗੁਰੂ ਤਬ ਕਹਿਓ, ਇਹ ਉਪਕਾਰ ਸੋ ਬੁੱਢੇ ਲਹਿਓ। ਤੇ ਉਸ ਵਕਤ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਕਿਹਾ, ਸੰਗਤ ਜੀ ਇਹ ਜਿਹੜਾ ਪਰ ਉਪਕਾਰ ਕੀਤਾ ਹੈ ਬਾਬੇ ਬੁੱਢੇ ਨੇ ਤੁਹਾਡੇ ਤੇ ਕੀਤਾ ਹੈ, ਬਾਬੇ ਬੁੱਢੇ ਦੇ ਕਰਕੇ ਤੁਹਾਨੂੰ ਸਾਡੇ ਦਰਸ਼ਨ ਹੋਏ ਹਨ। ਖੇਦ ਬੜੋ ਨਿਜ ਤਨ ਪਰ ਲੀਨਾ, ਨੀਕੋ ਹਿਤ ਸੰਗਤ ਕੋ ਕੀਨਾ। ਇਹਨਾਂ ਨੇ ਸਰੀਰ ਦੇ ਉੱਤੇ ਬੜਾ ਦੁੱਖ ਲਿਆ ਹੈ, ਸੰਨ ਲਾਈ ਹੈ, ਪਰ ਇਹ ਸਾਰਾ ਕੁਝ ਕੀਤਾ ਹੈ ਸੰਗਤ ਦੇ ਪਰ ਉਪਕਾਰ ਵਾਸਤੇ। ਇਸ ਕੋ ਪਾਰ ਦਿਓ ਦਰਸਾਵੈ, ਸੋ ਨਰ ਜਮ ਕੋ ਪਿਖਣ ਨਾ ਪਾਵੈ। ਤੇ ਕਹਿਣ ਲੱਗੇ ਵੀ ਜਿਹੜਾ ਵੀ ਬਾਬੇ ਬੁੱਢੇ ਦੀ ਸੰਗਤ ਕਰੇਗਾ, ਭਾਵ ਬਾਬੇ ਬੁੱਢੇ ਦੀ ਸੰਗਤ ਵਿੱਚ ਜਿਹੜਾ ਵੀ ਤਰਜੇਗਾ, ਜਮਾਂ ਦਾ ਉਹਨੂੰ ਮੂੰਹ ਨਹੀਂ ਵੇਖਣਾ ਪਏਗਾ, ਭਾਵ ਜਿਹੜੇ ਵਿਕਾਰ ਨੇ
ਵਿਕਾਰਾਂ ਤੋਂ ਉਬਚ ਜਾਵੇਗਾ। ਇਹ ਸੰਗਤ ਕੋ ਬੋਹਿਤ ਭਾਰਾ, ਭੌਜਲ ਤੇ ਕਰਹਿ ਨਿਸਤਾਰਾ। ਤੇ ਸਤਿਗੁਰੂ ਨੇ ਸਿੱਖ ਨੂੰ ਵਡਿਆਈ ਦਿੱਤੀ, ਕਹਿਣ ਲੱਗੇ ਸੰਗਤ ਜੀ, ਜਿਹੜਾ ਵੀ ਬਾਬੇ ਬੁੱਢੇ ਨਾਲ ਜੁੜੇਗਾ, ਭਾਵ ਬਾਬੇ ਬੁੱਢੇ ਦੀ ਸੰਗਤ ਕਰੇਗਾ, ਇਹ ਜਹਾਜ਼ ਦੇ ਸਮਾਨ ਹੈ ਤੇ ਇਹ ਜਿਹੜਾ ਹੈ ਤਰ ਜਾਏਗਾ। ਭੌਜਲ ਤੇ ਕਰਹਿ ਨਿਸਤਾਰਾ, ਬਾਬਾ ਬੁੱਢਾ ਜੀ ਉਹਨੂੰ ਸੰਸਾਰ ਸਮੁੰਦਰ ਪਾਰ ਕਰਵਾ ਦੇਗਾ। ਕਿਉਂਕਿ ਦੇਖੋ, ਗੁਰੂ ਵਡਿਆਈ ਦੇ ਰਿਹਾ ਹੈ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਭਾਈ ਮੰਝ ਦੀ ਘਟਨਾ ਪੜ੍ਹਦੇ ਹਾਂ। ਜਦੋਂ ਭਾਈ ਮੰਝ ਪ੍ਰੀਖਿਆ ਵਿੱਚੋਂ ਪਾਸ ਹੋ ਗਿਆ ਤੇ ਸਤਿਗੁਰੂ ਨੇ ਉਹਦੇ ਪ੍ਰਥਾਏ ਬਚਨ ਉਚਾਰੇ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਸੋ ਗੁਰੂ ਨੇ ਵਡਿਆਈ ਦੇ ਦਿੱਤੀ। ਭੱਟ ਸਾਹਿਬਾਨ ਕਹਿੰਦੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਹਾਜ਼ ਨੇ ਤੇ ਸਤਿਗੁਰੂ ਕਹਿ ਰਹੇ ਮੇਰਾ ਸਿੱਖ ਜਹਾਜ਼ ਹੈ, ਭਾਈ ਮੰਝ ਜਹਾਜ਼ ਹੈ। ਸੋ ਸਤਿਗੁਰੂ ਸਿੱਖ ਨੂੰ ਵਡਿਆਈ ਦਿੰਦੇ ਨੇ ਤੇ ਆਪਣੇ ਤੋਂ ਉੱਚਾ ਚੱਕਦੇ ਨੇ। ਸੋ ਇੱਥੇ ਬਾਬਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਕਿ ਸੰਗਤ ਜੀ, ਬਾਬਾ ਬੁੱਢਾ ਮਾਨੋ ਜਹਾਜ਼ ਦੀ ਤਰ੍ਹਾਂ ਹੈ। ਸਿੱਖੀ ਅਵਧਨਾ ਇਸਤੇ ਪਰੈ, ਨਾਮ ਲੀਏ ਗਨ ਬਿਗਨ ਸੁਹਰੈ। ਇੱਕ ਵਚਨ ਕੀਤਾ, ਕਹਿੰਦੇ ਕਿ ਸੰਗਤ ਜੀ, ਬਾਬਾ ਬੁੱਢਾ ਦੀ ਸਿੱਖੀ ਦੀ ਹੱਦ ਨੇ, ਜਿੰਨੀ ਕੁ ਸਿੱਖੀ ਇਹਨਾਂ ਨੇ ਕਮਾਲੀ ਹੈ, ਇਹ ਸਿੱਖੀ ਦੀ ਇੰਤਹਾ ਹੈ। ਇਹਨਾਂ ਤੋਂ ਸਿਵਾਏ, ਇਹਨਾਂ ਤੋਂ ਜ਼ਿਆਦਾ ਸਿੱਖੀ ਕੋਈ ਕਮਾ ਨਹੀਂ ਸਕਿਆ। ਨਾਮ ਲਏ ਗਨ ਬਿਘਨ ਸੁਤਰੈ, ਜੋ ਇਹਨਾਂ ਦਾ ਨਾਮ ਵੀ ਲਏਗਾ, ਉਹਦੇ ਬਿਘਨ ਜਿਹੜੇ ਨੇ ਟਲ ਜਾਣਗੇ। ਬ੍ਰਿਧ ਨੇ ਕਹਿਓ ਤੁਰੰਗਨ ਖਰੇ, ਜਿਸਨੇ ਰਾਵਰ ਕੀ ਸੁਧ ਕਰੇ। ਤੇ ਬਾਬੇ ਬੁੱਢੇ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਉੱਠੋ, ਬਾਹਰ ਤੁਹਾਡੀ ਘੋੜੀ ਖੜੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਘੋੜੀ ਦੇ ਕਰਕੇ ਸਾਨੂੰ ਤੁਹਾਡਾ ਪਤਾ ਲੱਗਾ ਹੈ। ਉੱਠੋ ਰੁੱਢ ਹੋ ਚਲੋ ਕਿਰਪਾਲਾ, ਸਦਨ ਆਪਨੇ ਗੋਇੰਦਵਾਲਾ। ਸਤਿਗੁਰੂ ਜੀ ਖੜੇ ਹੋਵੋ ਘੋੜੀ ਤੇ, ਸਵਾਰ ਹੋਵੋ ਆਪਣੇ ਸਦਨ ਗੋਇੰਦਵਾਲ ਸਾਹਿਬ ਵਿਖੇ ਜਾਣਾ ਕਰੋ। ਤਬ ਸ੍ਰੀ ਗੁਰ ਨਿਕਸੇ ਤਿਸ ਬਾਹਰ, ਖਰੇ ਭਏ ਦੇ ਦਰਸ਼ਨ ਜਾਹਰ। ਤੇ ਸਤਿਗੁਰੂ ਜੀ ਫਿਰ ਉੱਠੇ ਨੇ, ਉਹ ਜਿਹੜਾ ਕੱਚਾ ਕੋਠਾ ਸੀ ਜਿੱਥੇ ਗਾਵਾਂ ਬੰਨੀਆਂ ਜਾਂਦੀਆਂ ਸਨ, ਉੱਠੇ ਸਤਿਗੁਰੂ ਬਾਹਰ ਆਏ, ਘੋੜੀ ਤੇ ਸਵਾਰ ਹੋਏ ਹਨ। ਆਏ ਤੁਰੰਗਨ ਸੀਸ ਨਿਵਾਵਾ, ਫੁਰਕਾਵਤ ਹਿਰਦਾ ਹਰ ਖਾਵਾ। ਤੇ ਸੰਗਤ ਨੂੰ ਦਰਸ਼ਨ ਦਿੱਤੇ, ਜਦੋਂ ਘੋੜੀ ਨੇ ਵੇਖਿਆ ਤੇ ਘੋੜੀ ਫਰਕੀ ਹੈ, ਖੁਸ਼ੀ ਦੇ ਨਾਲ ਘੋੜੀ ਨੇ ਵੀ ਸਾਹਿਬ ਨੂੰ ਮੱਥਾ ਟੇਕਿਆ ਹੈ, ਫੁਰਖਾਵਤ ਹਰਖੀ ਹੈ ਆਪਣੀ ਭਾਸ਼ਾ ਦੇ ਵਿੱਚ, ਆਪਣੀ ਬੋਲੀ ਦੇ ਵਿੱਚ ਜਿਹੜੀ ਘੋੜੀ ਸੀ ਉਹ ਬੜੀ ਖੁਸ਼ ਹੋਈ ਹੈ। ਤਬ ਸ੍ਰੀ ਅਮਰ ਫੇਰ ਕਰ ਹਾਥ, ਚੜੇ ਸਿਮਰ ਸ੍ਰੀ ਨਾਨਕ ਨਾਥ। ਤੇ ਕਵੀ ਜੀ ਕਹਿੰਦੇ, ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਘੋੜੀ ਤੇ ਬੈਠਣ ਲੱਗੇ ਨੇ, ਘੋੜੀ ਦੇ ਮੱਥੇ ਦੇ ਉੱਤੇ ਸਾਹਿਬ ਨੇ ਹੱਥ ਫੇਰਿਆ ਹੈ। ਸੁੰਦਰ ਗਤ ਬੜਵਾ ਤਬ ਚਲੈ, ਸੰਗਤ ਚਲਤ ਸੰਗ ਸਭ ਮਿਲੈ। ਸਤਿਗੁਰੂ ਹੁਣ ਘੋੜੀ ਤੇ ਬਹਿ ਗਏ, ਘੋੜੀ ਅੱਗੇ ਅੱਗੇ ਜਾ ਰਹੀ, ਸੰਗਤ ਪਿੱਛੇ ਪਿੱਛੇ ਜਾ ਰਹੀ ਹੈ। ਭਾਈ ਬ੍ਰਿਧ ਰਕਾਬ ਤਬ ਗਹੀ, ਸਭ ਹਨ ਅਸ ਸੋਭਾ ਤਬ ਲਹੀ। ਤੇ ਕਹਿਣ ਲੱਗੇ, ਸਤਿਗੁਰੂ ਜਾ ਰਹੇ ਨੇ ਤੇ ਬਾਬੇ ਬੁੱਢੇ ਨੇ ਰਕਾਬ ਤੋਂ ਫੜਿਆ ਹੈ, ਜਿਹੜੀ ਘੋੜੀ ਦੀ ਰਕਾਬ ਹੁੰਦੀ ਹੈ ਜਿਹਦੇ ਵਿੱਚ ਪੈਰ ਰੱਖ ਕੇ ਤੇ ਅਸਵਾਰ ਹੋਇਆ ਜਾਂਦਾ ਹੈ। ਬਾਬਾ ਬੁੱਢਾ ਜੀ ਨਾਲ ਨੇ, ਪਰ ਬਾਬੇ ਬੁੱਢੇ ਨੇ ਉਹ ਰਕਾਬ ਫੜੀ, ਜਿਸ ਰਕਾਬ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨ ਨੇ। ਇਹ ਜਿਹੜਾ ਸੀਨ ਹੈ ਬੜੀ ਸ਼ੋਭਾ ਵਾਲਾ, ਵਡਿਆਈ ਵਾਲਾ ਹੈ। ਆਨੰਦ ਉਦਤ ਕੀ ਉਠੈ ਤਰੰਗਾ, ਇਮ ਸਭ ਜਾਤ ਚਲੇ ਗੁਰ ਸੰਗੈ। ਸਾਰਿਆਂ ਦੇ ਅੰਦਰ ਆਨੰਦ ਦੀਆਂ ਤਰੰਗਾਂ ਉੱਠਦੀਆਂ ਪਈਆਂ ਨੇ, ਖੁਸ਼ੀ ਦੀ ਲਹਿਰ ਉੱਠਦੀ ਪਈ ਹੈ, ਸੰਗਤ ਝੂਮਦੀ ਪਈ ਹੈ ਤੇ ਜਾ ਰਹੀ ਹੈ। ਚਲ ਆਏ ਇਮ ਗੋਇੰਦਵਾਲ, ਸਭ ਨੇ ਉਤਸਵ ਕੀਨ ਵਿਸਾਲ। ਤੇ ਸਤਿਗੁਰੂ ਤੁਰੇ ਨੇ ਬਾਸਰ ਕੇ ਤੂੰ ਬਾਹਰ ਤੂੰ, ਤੇ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਪਹੁੰਚ ਗਏ ਨੇ। ਸਾਰੀ ਸੰਗਤ ਨੇ ਉਤਸਵ ਕੀਤਾ, ਖੁਸ਼ੀ ਮਨਾਈ ਹੈ। ਦੀਪ ਮਾਲ ਸਗਰੇ ਪੁਰ ਹੋਏ, ਦਰਸ਼ਨ ਕਹੋ ਆਏ ਸਭ ਕੋਈ। ਤੇ ਕਵੀ ਜੀ ਕਹਿੰਦੇ, ਪੂਰੇ ਗੋਇੰਦਵਾਲ ਸਾਹਿਬ ਦੇ ਵਿੱਚ ਦੀਪ ਮਾਲ ਹੋਈ, ਭਾਵ ਦੀਵੇ ਜਗਾਏ ਗਏ ਹਨ, ਸਾਰਿਆਂ ਨੇ ਆ ਕੇ ਸਾਹਿਬ ਦੇ ਦਰਸ਼ਨ ਕੀਤੇ ਹਨ। ਮਧੁਰ ਪ੍ਰਸਾਦ ਭਇਓ ਸਮਦਾਏ, ਵਰਤਤ ਸੰਗਤ ਸਗਲ ਅਗਾਈ। ਤੇ ਮਿੱਠਾ ਜਿਹੜਾ ਪ੍ਰਸ਼ਾਦ ਸੀ ਵਰਤਾਇਆ ਗਿਆ ਹੈ। ਹੁਣ ਬਾਬੇ ਬੁੱਢੇ ਨੂੰ ਇਹ ਵੀ ਕਿਹਾ ਗਿਆ ਸੀ, ਧੰਨ ਬਾਬਾ ਬੁੱਢਾ ਜਿਹਨੂੰ ਗੁਰੂ ਲੱਦਾ। ਲੱਦਾ ਦਾ ਮੀਨਿੰਗ ਇਹ ਲੱਭਣਾ, ਵੀ ਬਾਬਾ ਬੁੱਢਾ ਜੀ ਧੰਨ ਹੈ ਜਿਨ੍ਹਾਂ ਨੇ ਗੁਰੂ ਨੂੰ ਲੱਭਿਆ ਹੈ। ਹੁਣ ਮਿੱਠਾ ਪ੍ਰਸ਼ਾਦ ਤਿਆਰ ਹੋਇਆ, ਮਿਸ਼ਟਾਨ ਤਿਆਰ ਹੋਇਆ ਹੈ ਤੇ ਇਹਨੂੰ ਸਾਰੀ ਸੰਗਤ ਵਿੱਚ ਵਰਤਾਇਆ ਗਿਆ ਹੈ। ਫੂਲਨ ਮਾਲਾ ਆਨਤ ਕੇ, ਦਰਸੈ ਕਿਤਕ ਆਨ ਫਲ ਤੇ। ਸਤਿਗੁਰਾਂ ਦੇ ਦਰਬਾਰ ਦੇ ਵਿੱਚ ਫੁੱਲ ਆਏ ਨੇ ਤੇ ਕਈ ਸਤਿਗੁਰਾਂ ਦੇ ਵਾਸਤੇ ਸੋਹਣੇ ਫਲ ਲੈ ਕੇ ਆਏ ਹਨ। ਸਭ ਸੰਗਤ ਕੇ ਸੁਣ ਕਰ ਬਿਨਤੀ, ਗਾਦੀ ਪਰ ਬੈਠੇ ਤਜ ਗਿਣਤੀ। ਤੇ ਸਤਿਗੁਰਾਂ ਨੇ
ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਗੱਦੀ 'ਤੇ ਸੁਭਾਈਮਾਨ ਹੋਵੋ। ਸਤਿਗੁਰੂ ਸੰਗਤ ਦੀ ਬੇਨਤੀ ਨੂੰ ਸੁਣ ਕੇ ਗੱਦੀ 'ਤੇ ਬਹਿੰਦੇ ਹਨ। ਦੇਣ ਲੱਗੇ ਦਰਸ਼ਨ ਪੁੰਨ ਤੈਸੇ, ਸਿੱਖ ਸਰਬ ਪਰਵਾਰਤ ਬੈਸੇ। ਦੇਣ ਲੱਗੇ ਦਰਸ਼ਨ ਪੁੰਨ ਤੈਸੇ, ਜਿੱਦਾਂ ਪਹਿਲਾਂ ਦਰਸ਼ਨ ਦਿੰਦੇ ਸਨ ਹੁਣ ਬਹਿ ਗਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਦੇਣ ਲੱਗੇ ਹਨ। ਜੇਤਕ ਸੰਗਤ ਹੁਤੀ ਵਿਦੇਸ਼, ਦਰਸ਼ਨ ਕਰ ਵਰ ਪਾਏ ਵਿਸ਼ੇਸ਼। ਜਿੰਨੀ ਵੀ ਸੰਗਤ ਸੀ, ਵਿਦੇਸ਼ ਦੀ ਸੰਗਤ ਸੀ, ਸਾਰੀ ਸਤਿਗੁਰਾਂ ਦੇ ਵਿਸ਼ੇਸ਼ ਜਿਹੜੇ ਖਾਸ ਦਰਸ਼ਨ ਨੇ ਉਹ ਪਾ ਰਹੀ ਹੈ। ਰਹਿ ਕੇਤਕ ਦਿਨ ਗਈ ਅਵਾਸੂ, ਦਸ ਦਿਸ਼ ਕੀਰਤ ਕਰਤ ਪ੍ਰਕਾਸ਼ੂ। ਤੇ ਜਿਹੜੀ ਸੰਗਤ ਵਿਦੇਸ਼ ਦੀ ਸੀ, ਦੂਰ ਤੋਂ ਆਈ ਸੀ, ਕੁਝ ਦਿਨ ਰਹਿ ਕੇ ਤੇ ਵਾਪਸ ਚਲੀ ਗਈ ਹੈ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਪੁਰੀ ਬਿਰਾਜੇ ਆਏ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਹੁਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੁਭਾਈਮਾਨ ਹਨ। ਭਾਈ ਬ੍ਰਿਦ ਕੇਤਕ ਦਿਵਸ ਰਹਿਓ, ਨਿਕਟ ਸੁਖ ਪਾਏ। ਤੇ ਬਾਬਾ ਬੁੱਢਾ ਜੀ ਉਹ ਸਤਿਗੁਰਾਂ ਦੇ ਨਿਕਟ ਰਹਿ ਰਹੇ ਹਨ, ਸੁਖ ਪਾ ਰਹੇ ਹਨ। ਚੌਪਈ ਦਾਤੂ ਲਾਤ ਬਿਖੈ ਦੁਖ ਭਇਓ, ਅਸਥ ਬੀਚ ਤੇ ਪੀਰਤ ਥਿਓ। ਕਵੀ ਜੀ ਕਹਿੰਦੇ ਵੀ ਇਹ ਪ੍ਰਸੰਗ ਸੀ ਗੋਇੰਦਵਾਲ ਸਾਹਿਬ ਦਾ। ਹੁਣ ਉੱਧਰ ਜਿਹੜਾ ਬਾਬਾ ਦਾਤੂ ਖਡੂਰ ਚਲਾ ਗਿਆ, ਜਿਹੜਾ ਮਾਲ ਸਵਾਬ ਲੁੱਟ ਕੇ ਗਿਆ ਸੀ, ਰਾਹ ਦੇ ਵਿੱਚ ਡਾਕੂਆਂ ਨੇ ਉਹਨੂੰ ਲੁੱਟ ਲਿਆ, ਉਹਦੇ ਕੱਪੜੇ ਲਵਾ ਦਿੱਤੇ, ਅਤੇ ਜਿਸ ਲੱਤ ਦੇ ਨਾਲ ਸਤਿਗੁਰਾਂ ਦੇ ਛਾਤੀ ਵਿੱਚ ਉਹਨੇ ਲੱਤ ਮਾਰੀ ਸੀ, ਉਹ ਲੱਤ ਵਿੱਚ ਹੁਣ ਪੀੜ ਬੜੀ ਹੁੰਦੀ ਹੈ। ਕਵੀ ਜੀ ਲਿਖਦੇ ਪਏ ਨੇ ਉਹ ਜਿਹੜੀ ਹੱਡੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ। ਗੁਰੂ ਅਵੱਗਿਆ ਤੇ ਦੁੱਖ ਪਾਵੇ, ਆਏ ਸਮੀਪ ਨਹੀਂ ਬਖਸ਼ਾਵੇ। ਇੱਕ ਬੜੀ ਭਾਰੀ ਅਵੱਗਿਆ ਕੀਤੀ, ਭਰੇ ਦਰਬਾਰ ਦੇ ਵਿੱਚ ਲੱਤ ਮਾਰੀ, ਹੁਣ ਗੁਰੂ ਦੇ ਕੋਲ ਆਉਂਦਾ ਨਹੀਂ ਪਿਆ। ਹੁਣ ਜੇ ਉਹਨੂੰ ਦੁੱਖ ਪਹੁੰਚ ਰਿਹਾ ਹੈ, ਕੰਗਾਲ ਹੋ ਚੁੱਕਾ ਹੈ, ਸਰੀਰਕ ਤੌਰ 'ਤੇ ਦੁਖੀ ਹੋ ਰਿਹਾ ਹੈ, ਪਰ ਗੁਰੂ ਦੇ ਕੋਲ ਆ ਕੇ ਭੁੱਲ ਨਹੀਂ ਬਖਸ਼ਾ ਰਿਹਾ। ਲੱਜਾ ਜਿਤ ਕਿਆ ਮੁਖ ਲੈ ਜੈ ਹੋ, ਬੈਠ ਸਭਾ ਸ਼ੋਭਾ ਕਿਮ ਲੈ ਹੋ। ਕਵੀ ਜੀ ਕਹਿੰਦੇ ਵੀ ਹੁਣ ਕਿਹੜੇ ਮੂੰਹ ਦੇ ਨਾਲ ਆਏ, ਜਿਸ ਮੂੰਹ ਦੇ ਨਾਲ ਸਤਿਗੁਰਾਂ ਨੂੰ ਅਪ ਸ਼ਬਦ ਬੋਲੇ, ਕੋੜੇ ਬਚਨ ਬੋਲੇ, ਉਹ ਕਿਹੜਾ ਮੂੰਹ ਲੈ ਕੇ ਆਏ ਸ਼ਰਮ ਦਾ ਮਾਰਾ, ਤੇ ਸਭਾ ਦੇ ਵਿੱਚ ਕਿਵੇਂ ਉਹ ਸ਼ੋਭਾ ਪਾਵੇ। ਸਦਨ ਵਿਖੇ ਬੈਠੇ ਹੋ ਨਿਤਰ ਹੈ, ਕਸ਼ਟ ਲਾਤ ਕੋ ਦੀਰਘ ਸਹਿ। ਇੱਥੋਂ ਤੱਕ ਘਰ ਹੀ ਬੈਠਾ ਰਹਿੰਦਾ ਹੈ ਬਾਬਾ ਦਾਤੂ, ਘਰੋਂ ਵੀ ਨਹੀਂ ਨਿਕਲਦਾ। ਸ਼ਰਮ ਦਾ ਮਾਰਾ ਕਿ ਹੁਣ ਸਾਰੇ ਲੋਕਾਂ ਨੂੰ ਪਤਾ ਚੱਲ ਗਿਆ ਵੀ ਮੇਰੇ ਨਾਲ ਇਹ ਭਾਣਾ ਵਾਪਰਿਆ ਹੈ। ਉਹ ਘਰ ਦੇ ਵਿੱਚ ਹੀ ਬੈਠਾ ਰਹਿੰਦਾ ਤੇ ਲੱਤ ਵਿੱਚ ਪੀੜ ਹੁੰਦੀ ਹੈ ਤੇ ਉਸ ਪੀੜ ਦੇ ਨਾਲ ਤੜਫਦਾ ਹੈ। ਹਰਖ ਨਾ ਸ਼ੋਕ ਨਾ ਰਹਿ ਸਮਾਨ, ਸ੍ਰੀ ਸਤਿਗੁਰ ਔਰ ਸਿਮਾ ਨਿਧਾਨ। ਇੱਧਰ ਸਤਿਗੁਰੂ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਕੋਈ ਖੁਸ਼ੀ ਨਹੀਂ, ਗਮ ਨਹੀਂ, ਹਰਖ ਸ਼ੋਕ ਤੋਂ ਉੱਪਰ ਨੇ, ਖਿਮਾ ਕਰਨ ਵਾਲੇ ਨੇ, ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾਂ ਦੇ ਆਧਾਰੀ, ਬਾਣੀ ਨੇ ਵਚਨ ਕੀਤਾ, ਗੁਰੂ ਮਿਹਰਬਾਨ ਵੀ ਹੈ ਤੇ ਗੁਰੂ ਬਖਸ਼ਿੰਦ ਵੀ ਹੈ, ਬਖਸ਼ਣ ਵਾਲਾ ਵੀ। ਪਰ ਦਾਤੂ ਜਿਹੜਾ ਹੈ ਸ਼ਰਮ ਦਾ ਮਾਰਾ ਆ ਨਹੀਂ ਰਿਹਾ, ਪਰ ਇੱਧਰ ਸਤਿਗੁਰੂ ਤੇ ਤਿਆਰ ਬੈਠੇ ਨੇ ਖਿਮਾ ਕਰਨ ਵਾਸਤੇ, ਉਹਦੀ ਅਵੱਗਿਆ ਨੂੰ ਬਖਸ਼ਣ ਵਾਸਤੇ। ਭਲਾ ਬੁਰਾ ਕਿਸ ਹੂੰ ਨਾ ਬਖਾਨ ਹੈ, ਸਭ ਪਰ ਦਇਆ ਦ੍ਰਿਸ਼ਟ ਕੋ ਠਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਦਾ ਬੁਰਾ ਨਹੀਂ ਸੋਚਦੇ, ਨਾ ਬੁਰੀ ਦ੍ਰਿਸ਼ਟੀ ਦੇ ਨਾਲ ਦੇਖਦੇ ਨੇ, ਸਾਰਿਆਂ ਦੇ ਉੱਤੇ ਦਇਆ ਕਰਦੇ ਹਨ। ਤਬ ਭਾਈ ਬੁੱਢੇ ਕਰ ਜੋਰੇ, ਵਿਦਾ ਹੋਏ ਗਮਨਿਓ ਗ੍ਰਹਿ ਓਰੇ। ਬਾਬਾ ਬੁੱਢਾ ਜੀ ਸਤਿਗੁਰਾਂ ਦੇ ਕੋਲ ਬੈਠੇ ਸਨ ਤੇ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਤੋਂ ਆਗਿਆ ਲਈ ਆਪਣੇ ਟਿਕਾਣੇ ਤੇ ਗਏ ਹਨ। ਗਿਆਨਵਾਨ ਗੁਰ ਧਿਆਨ ਸਦੀਵਾ, ਸਭ ਤੇ ਊਚ ਅਦਕ ਮਨ ਨੀਵਾ। ਗਿਆਨਵਾਨ ਨੇ ਬਾਬਾ ਬੁੱਢਾ ਜੀ ਸਾਰਿਆਂ ਦੇ ਵਿੱਚੋਂ, ਸਾਰੇ ਗੁਰਸਿੱਖਾਂ ਦੇ ਵਿੱਚੋਂ ਗਿਆਨਵਾਨ ਨੇ, ਜਿਨ੍ਹਾਂ ਦਾ ਜਿਹੜਾ ਮਨ ਹੈ ਨੀਵਾਂ ਹੈ ਤੇ ਗਿਆਨ ਦੇ ਵਿੱਚ ਮਤ ਬੜੀ ਉੱਚੀ ਹੈ। ਪਾਰੋ ਜੁਲਕਾ ਡੱਲੇ ਮਾਹੇ, ਪਰਮੇਸ਼ਰ ਸੋ ਪ੍ਰੇਮ ਉਮਾਹੇ। ਇੱਥੇ ਕਵੀ ਜੀ ਨੇ ਕੁਝ ਕੁ ਸਿੱਖਾਂ ਦਾ ਪ੍ਰਸੰਗ ਲਿਖਿਆ ਹੈ ਵੀ ਕੁਝ ਕੁ ਜਿਹੜੇ ਸਿੱਖ ਕਿਵੇਂ ਸਤਿਗੁਰਾਂ ਦੇ ਕੋਲ ਆਏ, ਸਿੱਖ ਸਜੇ ਨੇ। ਕਵੀ ਜੀ ਲਿਖਦੇ ਨੇ, ਡੱਲਾ ਪਿੰਡ ਹੈ, ਇੱਥੋਂ ਦਾ ਰਹਿਣ ਵਾਲਾ ਇੱਕ ਸਿੱਖ ਹੈ ਭਾਈ ਪਾਰੋ ਜੁਲਕਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬੜਾ ਪ੍ਰੇਮ ਕਰਦਾ ਹੈ, ਪਰਮੇਸ਼ਰ ਦੇ ਨਾਲ ਬੜਾ ਪ੍ਰੇਮ ਕਰਦਾ ਹੈ। ਸਤਿਗੁਰ ਕੀ ਮਹਿਮਾ ਕੋ ਜਾਣੈ, ਗੁਰਬਾਣੀ ਸੋ ਵਿਚਾਰਨ ਠਾਨ ਹੈ। ਸਤਿਗੁਰ ਦੀ ਮਹਿਮਾ ਨੂੰ ਜਾਣਦਾ ਹੈ ਤੇ ਗੁਰਬਾਣੀ ਨੂੰ ਵਿਚਾਰਦਾ ਹੈ, ਗੁਰਬਾਣੀ ਦੀ ਵਿਚਾਰ ਕਰਦਾ ਹੈ। ਇੱਕ ਹੁੰਦਾ ਗੁਰਬਾਣੀ ਨੂੰ ਪੜ੍ਹਨਾ ਤੇ ਇੱਕ ਹੁੰਦਾ ਗੁਰਬਾਣੀ ਨੂੰ ਵਿਚਾਰਨਾ। ਅਰਥਾਂ ਤੋਂ ਬਿਨਾਂ ਬਾਣੀ ਵਿਚਾਰੀ ਨਹੀਂ ਜਾ ਸਕਦੀ। ਜਦੋਂ ਆਪਾਂ ਅਰਥ ਪੜ੍ਹਦੇ ਹਾਂ ਅਤੇ ਅਸੀਂ ਵਿਚਾਰਦੇ ਹਾਂ ਵੀ ਸਤਿਗੁਰਾਂ ਨੇ ਇਹ ਗੱਲ ਕਿਉਂ ਕਹੀ, ਕਿਵੇਂ ਕਹੀ ਅਤੇ ਕਹਿਣ ਦੇ ਪਿੱਛੇ ਕਾਰਨ ਕੀ ਹੈ,
ਇਹ ਜਿਹੜਾ ਭਾਈ ਪਾਰੋ ਦਿਲਕਾ ਬਾਣੀ ਦੀ ਵਿਚਾਰ ਕਰਦਾ ਹੈ, ਦਰਸ਼ਨ ਕੇ ਮਨ ਪਿਆਸ ਕਨੇਰੇ ਸਤਿਗੁਰ ਪਹਿ ਆਇਓ ਇੱਕ ਬੇਰੀ, ਇਹਦੇ ਮਨ ਵਿੱਚ ਗੁਰੂ ਦੇ ਪ੍ਰਤੀ ਦਰਸ਼ਨਾਂ ਦੀ ਬੜੀ ਪਿਆਸ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਵਾਰ ਆਉਂਦਾ ਹੈ। ਨਮਸਕਾਰ ਕਰ ਬੈਠਿਓ ਪਾਸ ਮਨ ਮਹਿ ਦੀਰਘ ਪ੍ਰੇਮ ਪ੍ਰਕਾਸ਼, ਸਤਿਗੁਰਾਂ ਦੇ ਕੋਲ ਬਹਿ ਗਿਆ ਤੇ ਹਿਰਦੇ ਵਿੱਚ ਇਹਦੇ ਬਹੁਤ ਜ਼ਿਆਦਾ ਪ੍ਰੇਮ ਹੈ। ਅੰਤਰ ਜਾਮੀ ਗੁਰ ਨੇ ਜਾਣਾ ਪਰਮਹੰਸ ਤਿਸ ਨਾਮ ਬਖਾਨਾ, ਤੇ ਗੁਰੂ ਸਾਹਿਬ ਨੇ ਉਹਦੇ ਪ੍ਰੇਮ ਦੇ ਵੱਲ ਵੇਖ ਕਰਕੇ ਪਿਆਰ ਦੇ ਵੱਲ ਵੇਖ ਕੇ ਉਹਦੀ ਸਿੱਖੀ ਵੱਲ ਵੇਖ ਕੇ ਕਹਿਣਾ ਕੀਤਾ, ਭਾਈ ਪਾਰੋ ਦਿਲਕਾ ਅੱਜ ਤੂੰ ਤੇਰੇ ਨਾਂ ਦੇ ਪਿੱਛੇ ਪਰਮਹੰਸ ਜੁੜੇਗਾ, ਬਾਕੀ ਦੁਨਿਆਵੀ ਹੰਸ ਨੇ ਪਰ ਤੂੰ ਪਰਮਹੰਸ ਹੈ। ਹੰਸ ਦੀਆਂ ਕੁਝ ਖੂਬੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਸਿੱਖਾਂ ਨੂੰ ਕੰਪੇਅਰ ਕੀਤਾ ਹੰਸ ਦੇ ਨਾਲ, ਗੁਰਮੁਖ ਨੂੰ ਕੰਪੇਅਰ ਕੀਤਾ ਹੰਸ ਨਾਲ ਅਤੇ ਮਨਮੁੱਖ ਦੀ ਤੁਲਨਾ ਕੀਤੀ ਬਗਲੇ ਦੇ ਨਾਲ। ਰੰਗ ਦੋਵਾਂ ਦਾ ਚਿੱਟਾ ਹੈ, ਬਗਲੇ ਦਾ ਰੰਗ ਵੀ ਚਿੱਟਾ, ਹੰਸ ਦਾ ਰੰਗ ਵੀ ਚਿੱਟਾ, ਪਰ ਉਹਨਾਂ ਦੀਆਂ ਕਰਤੂਤਾਂ ਵਿੱਚ ਕਰਮਾਂ ਵਿੱਚ ਬੜਾ ਫਰਕ ਹੈ। ਬਗਲੇ ਦਾ ਟਿਕਾਣਾ ਛੱਪੜ ਹੈ, ਗੰਦਗੀ ਦੇ ਵਿੱਚ ਰਹਿੰਦਾ, ਹੰਸ ਦਾ ਜਿਹੜਾ ਟਿਕਾਣਾ ਹੈ ਉਹ ਸਰੋਵਰ ਹੈ। ਮਨਮੁੱਖ ਬੰਦਾ ਭੈੜੀ ਸੰਗਤ ਵਿੱਚ ਰਹਿੰਦਾ, ਗੁਰਮੁੱਖ ਬੰਦਾ ਸਤ ਸੰਗਤ ਵਿੱਚ ਚੰਗੀ ਸੰਗਤ ਵਿੱਚ ਰਹਿੰਦਾ। ਬਗਲੇ ਦਾ ਜਿਹੜਾ ਖਾਣਾ ਹੈ ਉਹ ਹੈ ਡੱਡੀਆਂ ਮੱਛੀਆਂ ਗੰਦ, ਉਹਦੀ ਇਹ ਖੁਰਾਕ ਹੈ, ਫੀਡ ਹੈ, ਪਰ ਜਿਹੜਾ ਜਿਹੜਾ ਹੰਸ ਹੈ ਉਹਨੇ ਹੀਰੇ ਮੋਤੀ ਚੁਗਣੇ ਨੇ, ਰਤਨ ਚੁਗਣੇ, ਲਾਲ ਚੁਗਣੇ। ਇਸੇ ਤਰ੍ਹਾਂ ਜਿਹੜਾ ਮਨਮੁੱਖ ਬੰਦਾ ਬਗਲੇ ਵਰਗਾ ਹੈ, ਉਹਦੀ ਖੁਰਾਕ ਹੈ ਮਾੜੇ ਵਿਚਾਰ, ਮਾੜੀ ਸੋਚ, ਮਾੜੇ ਖਿਆਲ, ਮਾੜੇ ਬੋਲ, ਇਹ ਉਹਦੀ ਖੁਰਾਕ ਨੇ। ਅਤੇ ਗੁਰਮੁੱਖ ਬੰਦਾ ਜਿਹੜਾ ਹੰਸ ਵਰਗਾ ਹੈ, ਉਹਦੀ ਖੁਰਾਕ ਹੈ ਬਾਣੀ, ਸੱਚੇ ਬੋਲ, ਨਾਮ ਸਿਮਰਨ। ਸੋ ਇਹ ਫਰਕ ਹੈ। ਸਤਿਗੁਰੂ ਕਹਿੰਦੇ ਵੀ ਬਾਕੀ ਸਾਰੇ ਹੰਸ ਨੇ, ਤੈਨੂੰ ਐਸਾ ਉਪਾਧੀ ਦਿੱਤੀ, ਤੂੰ ਪਰਮ ਹੰਸ ਹੈ। ਅੱਗੇ ਜਾ ਕੇ ਸਰਵਨ ਕਰੋਗੇ, ਇਹਨੇ ਬੇਨਤੀ ਕਰਨੀ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ। ਆਪਾਂ ਵਿਸਾਖੀ ਮਨਾਈ ਹੈ 14 ਤਰੀਕ ਨੂੰ, ਸਿੱਖੀ ਦੇ ਵਿੱਚ ਵਿਸਾਖੀ ਦਾ ਜਿਹੜਾ ਸੰਬੰਧ ਹੈ ਉਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਜੁੜਦਾ। ਇਸੇ ਸਿੱਖ ਨੇ ਬੇਨਤੀ ਕਰਨੀ, ਮਹਾਰਾਜ ਇੱਕ ਦਿਨ ਮੁਕਰਰ ਕਰੋ ਵੀ ਸਾਰੇ ਸਿੱਖ ਜੁੜਨ, ਇਕੱਤਰ ਹੋਣ। ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਫਿਰ ਭਾਈ ਪਾਰੋ ਜੁਲਕਾ, ਆਪਾਂ ਵੈਸਾਖੀ ਵਾਲਾ ਜਿਹੜਾ ਦਿਨ ਹੈ ਉਹ ਨਿਸ਼ਚਿਤ ਕਰਦੇ ਹਾਂ, ਵੈਸਾਖੀ ਨੂੰ ਸਾਰੇ ਦਿਨ ਇਕੱਤਰ ਹੋਇਆ ਕਰਨਗੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਬੋਲ ਹੈ ਵੀ ਵੈਸਾਖੀ ਨੂੰ ਸਾਰੇ ਸਿੱਖ ਜੁੜਿਆ ਕਰਨਗੇ। ਉਸ ਦਿਨ ਤੋਂ ਫਿਰ ਸ਼ੁਰੂ ਹੋ ਗਈ ਸਿੱਖੀ ਦਾ ਸੰਬੰਧ ਵਿਸਾਖੀ ਨਾਲ ਜੁੜ ਜਾਂਦਾ ਹੈ। ਵੈਸਾਖੀ ਤੋਂ ਭਾਵ ਵੈਸਾਖ ਮਹੀਨੇ ਦੀ ਪਹਿਲੀ ਤਰੀਕ, ਕਿਉਂਕਿ ਉਸ ਦਿਨ ਸੰਕ੍ਰਾਂਤ ਵੀ ਹੈ, ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੈਸਾਖੀ ਸ਼ਬਦ ਆਇਆ, ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨਮਾਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਅੰਕਿਤ ਕੀਤਾ ਹੈ। ਹੁਣ ਸਾਹਿਬ ਨੇ ਇਹਨੂੰ ਉਪਾਧੀ ਦੇ ਦਿੱਤੀ, ਕਹਿਣ ਲੱਗੇ ਤੇਰਾ ਨਾਮ ਪਰਮਹੰਸ ਹੈ। ਪੂਰਨ ਗਿਆਨ ਹਿਰਦੇ ਹੋਏ ਆਵਾ ਏਕ ਰੂਪ ਸਭ ਜਗ ਦ੍ਰਿਸ਼ਟਾਵਾ। ਸਤਿਗੁਰੂ ਕਹਿੰਦੇ ਤੇਰੇ ਹਿਰਦੇ ਦੇ ਵਿੱਚ ਪੂਰਨ ਤੌਰ ਤੇ ਗਿਆਨ ਹੋ ਗਿਆ ਹੈ, ਸਾਰੀ ਦੁਨੀਆਂ ਦੇ ਵਿੱਚ ਤੈਨੂੰ ਇੱਕ ਰੱਬ ਨਜ਼ਰ ਆਉਂਦਾ ਹੈ। ਪਰਮਹੰਸ ਸਤਿਗੁਰ ਕੇ ਕਹੇ ਬ੍ਰਹਮ ਸਰੂਪ ਆਪਣ ਸੁਖ ਲਹੇ। ਜਿਹੜਾ ਪਰਮਹੰਸ ਸੀ ਸਤਿਗੁਰੂ ਦੇ ਕਹਿਣੇ ਦੇ ਮੁਤਾਬਕ ਉਹਨੇ ਆਪਣੇ ਅਸਲੀ ਰੂਪ ਦੀ ਪਹਿਚਾਣ ਕਰ ਲਈ। ਜੋਗ ਵਿਰਾਗ ਭਗਤ ਵਿਗਿਆਨ ਪੂਰਨ ਹੋਏ ਜਿਸਕੇ ਆਨ। ਤੇ ਇਹ ਜਿਹੜਾ ਭਾਈ ਪਾਰੋ ਜੁਲਕਾ ਸੀ, ਯੋਗ ਬੈਰਾਗ ਗਿਆਨ ਯੋਗ ਦੇ ਵਿੱਚ ਸੰਪੂਰਨ ਹੋ ਗਿਆ, ਭਾਵ ਪਰਫੈਕਟ ਹੋ ਗਿਆ। ਨਿਧ ਸਿਧ ਰਿਧ ਗੁਰ ਤੇ ਪਾਈ ਆਵਤ ਹੀ ਸਤਿਗੁਰ ਸ਼ਰਣਾਈ। ਸਤਿਗੁਰ ਦੀ ਸ਼ਰਨ ਦੇ ਵਿੱਚ ਆਉਣ ਦੇ ਸਦਕਾ ਇਹਨੇ 9 ਨਿਧੀਆਂ 18 ਸਿੱਧੀਆਂ ਭਾਵ ਨਿਧੀਆਂ ਸਿੱਧੀਆਂ ਰਿਧੀਆਂ ਸਭ ਕੁਝ ਪ੍ਰਾਪਤ ਕਰ ਲਿਆ। ਕੁਲ ਆਚਾਰ ਕਰਤ ਵਿਵਹਾਰ ਉਰਮਹਿ ਗੁਰ ਚਰਨਨ ਕੋ ਧਾਰ। ਕੁਲ ਆਚਾਰ ਕਰਤ ਵਿਵਹਾਰ ਉਰਮਹਿ ਗੁਰ ਚਰਨਨ ਕੋ ਧਾਰ। ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰ ਕੇ ਇਹ ਆਚਾਰ ਕਰਦਾ, ਆਪਣੇ ਕੰਮ ਕਰਦਾ ਹੈ, ਕੁਲ ਦੇ ਭਾਵ ਆਪਣੇ ਜੀਵਨ ਦੀ ਕਾਰ ਵਿਹਾਰ ਕਰਦਾ ਹੈ। ਜੋਗ ਭੋਗ ਦੋਨੋਂ ਕੋ ਪਾਏ ਰਹਿ ਅਲੇਪ ਕਮਲ ਜਲ ਪਾਏ। ਜੋਗ ਤੇ ਭੋਗ ਦੀ ਇਹਨੇ ਪ੍ਰਾਪਤੀ ਕਰ ਲਈ ਹੈ ਤੇ ਦੁਨੀਆਂ ਤੋਂ ਏਦਾਂ ਨਿਰਲੇਪ ਹੋ ਗਿਆ ਜਿੱਦਾਂ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਦੋਏ ਦਿਨ ਘਰ ਪੁੰਨ ਸਤਿਗੁਰ ਪਾਸ ਆਵਹਿ ਰਹਿ ਦਰਸ ਕੀ ਪਿਆਸ। ਦੋ ਦਿਨ ਸਤਿਗੁਰਾਂ ਦੇ ਕੁਲ ਰਿਹਾ ਹੈ, ਦੋ ਦਿਨ ਘਰ ਪੁਨ ਸਤਿਗੁਰੂ ਪਾਸ ਖਿਮਾ ਕਰਨਾ ਘਰ ਗਿਆ, ਦੋ ਦਿਨ ਘਰ ਦੇ ਵਿੱਚ ਰਿਹਾ, ਫਿਰ ਅੰਦਰ ਪਿਆਸ ਉੱਠੀ, ਚੱਲ ਮਨਾ ਗੋਇੰਦਵਾਲ ਸਾਹਿਬ, ਚੱਲ ਗੁਰੂ ਦੇ ਦਰਸ਼ਨ ਕਰ, ਫਿਰ ਵਾਪਸ ਆ ਜਾਂਦਾ ਹੈ।
ਇੱਕ ਦਿਨ ਚੜ੍ਹਿਓ ਤਰੰਗਨ ਆਵੈ ਨਹਿ ਅਵਨੀ ਪਰ ਪਾਏ ਟਿਕਾਵੈ। ਤੇ ਇੱਕ ਦਿਨ ਘੋੜੀ ਤੇ ਸਵਾਰ ਹੈ ਤੇ ਆ ਰਿਹਾ ਹੈ ਗੋਇੰਦਵਾਲ ਸਾਹਿਬ ਵਿਖੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਗਤ ਬਿਹੰਗ ਕਈ ਬੜਵਾ ਚੱਲ ਹੈ ਕਰਾਮਾਤ ਕੇ ਸਹਿਤ ਵਿਸਲ ਹੈ। ਇਹਦੀ ਜਿਹੜੀ ਘੋੜੀ ਸੀ ਬੜੀ ਸੋਹਣੀ ਸੀ ਭਾਈ ਪਾਰੋ ਦੁਲਕਾ, ਜਦੋਂ ਵੀ ਆਉਣਾ ਇਹਨੇ ਬਿਆਸਾ ਦਰਿਆ ਪਾਰ ਕਰਕੇ ਆਉਣਾ। ਅਤੇ ਘੋੜੀ ਬੜੀ ਸੋਹਣੀ ਸੀ, ਘੋੜੀ ਦੇ ਉੱਤੇ ਬਿਆਸਾ ਦਰਿਆ ਪਾਰ ਕਰ ਜਾਂਦਾ ਸੀ। ਬੜੀ ਦੂਰ ਤੋਂ ਆਉਂਦਾ ਸੀ, ਡੱਲੇ ਪਿੰਡ ਤੋਂ ਆਉਂਦਾ ਸੀ। ਅਤੇ ਕਵੀ ਜੀ ਲਿਖਦੇ ਪਏ ਨੇ ਵੀ ਇਹ ਜਿਹੜਾ ਹੈ ਕਲਾ ਦੇ ਸਮੇਤ ਭਾਵ, ਕਵੀ ਜੀ ਲਿਖਦੇ ਪਏ ਨੇ ਕਲਾ ਦੇ ਸਮੇਤ ਘੋੜੀ ਤੇ ਸਵਾਰ ਹੋ ਕਰਕੇ ਬਿਆਸਾ ਦਰਿਆ ਪਾਰ ਕਰਦਾ ਹੈ। ਦਿੱਲੀ ਤੇ ਨਵਾਬ ਮਗ ਜਾਏ ਗਜ ਪਰ ਹੁਤੋ ਚੰਮੂ ਸਮਦਾਏ। ਤੇ ਜਦੋਂ ਭਾਈ ਪਾਰੋ ਦੁਲਕਾ ਘੋੜੀ ਤੇ ਸਵਾਰ ਹੋ ਕੇ ਆ ਰਿਹਾ ਸੀ ਤੇ ਇੱਕ ਨਵਾਬ ਜਿਹੜਾ ਹਾਥੀ ਤੇ ਸਵਾਰ ਸੀ ਉਹ ਦਿੱਲੀ ਨੂੰ ਜਾ ਰਿਹਾ ਸੀ। ਅਵ ਲੋਕਿਓ ਤਿੰਨ ਭਾਈ ਪਾਰੋ ਮਹਾਂ ਆਚਾਰਜਰੇ ਦਾ ਮਹਿ ਧਾਰੋ। ਤੇ ਉਹਨੇ ਭਾਈ ਪਾਰੋ ਦੁਲਕੇ ਨੂੰ ਵੇਖਿਆ ਵੀ ਇਹ ਜਿਹੜਾ ਸਿੱਖ ਹੈ ਬੜਾ ਅਜ਼ਮਤ ਵਾਲਾ ਲੱਗਦਾ, ਘੋੜੀ ਤੇ ਸਵਾਰ ਹੋ ਕੇ ਜਾ ਰਿਹਾ ਹੈ। ਆਪਣੇ ਹਿਰਦੇ ਵਿੱਚ ਉਹਨੇ ਇਸ ਗੱਲ ਨੂੰ ਅਸਚਰਜ ਮੰਨਿਆ। ਸ਼ੀਘਰ ਜਾਏ ਪਾ ਖਰੋ ਅਗਾਓ ਦਰਸ਼ਨ ਕੋ ਧਰ ਕੈ ਚਿਤ ਚਾਓ। ਤੇ ਮਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਲੈ ਕੇ ਉਹ ਜਿਹੜਾ ਨਵਾਬ ਸੀ ਉਹ ਭਾਈ ਪਾਰੋ ਜੁਲਕੇ ਦੇ ਅੱਗੇ ਜਾ ਕਰਕੇ ਖੜਾ ਹੋ ਗਿਆ। ਤਜ ਗਜ ਕੋ ਪਾਏ ਨ ਪਰ ਪਰਿਓ ਪਾਰੋ ਕਿਰਪਾ ਦ੍ਰਿਸ਼ਟ ਨਿਹਰਿਓ। ਆਪਣੇ ਹਾਥੀ ਤੋਂ ਉਤਰ ਗਿਆ, ਹਾਥੀ ਨੂੰ ਛੱਡ ਕੇ ਤੇ ਭਾਈ ਪਾਰੋ ਦੁਲਕੇ ਦੇ ਸਾਹਮਣੇ ਖੜਾ ਹੋਇਆ ਹੈ। ਪਾਰੋ ਕਿਰਪਾ ਦ੍ਰਿਸ਼ ਨਿਹਰੇ ਹੋ, ਗੁਰੂ ਕੇ ਸਿੱਖ ਨੇ ਵੇਖਿਆ ਵੀ ਮੇਰੇ ਸਾਹਮਣੇ ਇੱਕ ਨਵਾਬ ਹੈ, ਬੜੇ ਸੋਹਣੇ ਕੱਪੜੇ ਪਾਏ ਨੇ, ਬਹੁਤ ਹੀ ਸ਼ਾਨੋ ਸ਼ੋਕਤ ਵਾਲਾ ਹੈ। ਅਦਕ ਹਿਰਦੈ ਤਹਿ ਪ੍ਰੇਮ ਪ੍ਰਕਾਸ਼ਾ ਮਨ ਤੇ ਭਇਓ ਵਿਕਾਰ ਵਿਨਾਸ਼ਾ। ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ, ਅਦਕ ਹਿਰਦੈ ਤਹਿ ਪ੍ਰੇਮ ਪ੍ਰਕਾਸ਼ਾ, ਹਿਰਦੇ ਵਿੱਚ ਬੜਾ ਪਿਆਰ ਲੈ ਕਰਕੇ ਇੱਕ ਭਾਵਨਾ ਲੈ ਕਰਕੇ ਮਨ ਤੋਂ ਵਿਆਕੁਲ ਹੋ ਕਰਕੇ ਅੱਗੇ ਖੜਦਾ ਹੈ। ਹੱਥ ਜੋੜ ਕੇ ਤਹੇ ਉਚਾਰਾ ਅਹੋ ਵਲੀ ਕਿਆ ਨਾਮ ਤੁਮਾਰਾ। ਹੁਣ ਦਰਸ਼ਨ ਕਰਕੇ ਪ੍ਰਭਾਵਿਤ ਹੋ ਗਿਆ ਨਵਾਬ, ਕਹਿੰਦਾ ਇਹ ਵਲੀ ਤੂੰ ਕੌਣ ਹੈ, ਤੇਰੇ ਰੂਪ ਦੇ ਵਿੱਚ ਤੇਰੇ ਮੁਖੜੇ ਦੇ ਉੱਤੇ ਇੱਕ ਵੱਖਰਾ ਨੂਰ ਹੈ, ਤੇਰੀ ਚਾਲ ਵਿੱਚ ਦਿੱਖ ਦੇ ਵਿੱਚ ਮਨ ਕਰਦਾ ਵੀ ਤੈਨੂੰ ਵੇਖਦਾ ਰਹਾਂ, ਤੂੰ ਕੌਣ ਹੈ, ਕਿਹੜਾ ਵਲੀ ਹੈ, ਨਾਮ ਕੀ ਹੈ। ਕਿਤਕੋ ਜਾਤ ਕਹਾਂ ਤੇ ਆਏ ਖਾਦਮ ਕੇ ਜਹਿ ਬਰਾ ਖਦਾਏ। ਤੂੰ ਕਿੱਥੋਂ ਆਇਆ ਹੈ, ਤੇਰਾ ਟਿਕਾਣਾ ਕੀ ਹੈ, ਤੂੰ ਖੁਦਾ ਦਾ ਬੰਦਾ ਤੇ ਕਿਰਪਾ ਕਰ ਮੈਨੂੰ ਵੀ ਖੁਦਾ ਦਾ ਬੰਦਾ ਬਣਾ ਦੇ। ਪਾਰੋ ਨਾਮ ਹਮਾਰੋ ਹੈ ਗੁਰਦਰਸ਼ਨ ਜਾਵਤ ਚਿਤ ਚ ਹੈ। ਤੇ ਭਾਈ ਪਾਰੋ ਜੁਲਕਾ ਨੇ ਹੁਕਮ ਕੀ ਬਚਨ ਕੀਤਾ, ਕਹਿਣ ਲੱਗੇ ਮੇਰਾ ਨਾਮ ਪਾਰੋ ਜੁਲਕਾ ਹੈ ਤੇ ਮੈਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਜਾ ਰਿਹਾ ਹਾਂ। ਸੁਣ ਨਵਾਬ ਮਨ ਸਿਦਕ ਉਦਾਰਾ ਬੂਝਿਓ ਕਹਿਠਾਂ ਪੀਰ ਤੁਮਾਰਾ। ਤੇ ਨਵਾਬ ਨੇ ਫਿਰ ਮਨ ਵਿੱਚ ਸਿਦਕ ਲੈ ਕੇ ਪੁੱਛਿਆ ਵੀ ਤੇਰੇ ਪੀਰ ਦਾ ਨਾਂ ਕੀ ਹੈ, ਪੀਰ ਤੋਂ ਭਾਵ ਗੁਰੂ, ਤੇਰਾ ਜਿਹੜਾ ਗੁਰੂ ਹੈ ਉਹਦਾ ਨਾਮ ਕੀ ਹੈ, ਦੱਸਣਾ ਕਰ। ਹਮਕੋ ਸੰਗ ਲਿਹੋ ਦਰਸਾਵ ਹੋ ਧੰਨ ਗੁਰੂ ਜਿਸ ਪਹਿ ਤੁਮ ਜਾਵ ਹੋ। ਤੇਰਾ ਗੁਰੂ ਧੰਨ ਹੈ ਜਿਹਦੇ ਕੋਲ ਤੂੰ ਰੋਜ਼ ਦਰਸ਼ਨ ਕਰਨ ਵਾਸਤੇ ਜਾਣਾ ਹੈ, ਕਿਰਪਾ ਕਰ ਮੈਨੂੰ ਵੀ ਉੱਥੇ ਲੈ ਚੱਲ। ਪਾਰੋ ਕਹਿਓ ਸੰਗ ਜੋ ਲਸ਼ਕਰ ਅਪਰ ਵਿਭੂਤ ਸਰਬ ਕੋ ਪਰ ਹਰ। ਤੇ ਕਹਿਣ ਲੱਗੇ ਤੇਰੇ ਨਾਲ ਲਸ਼ਕਰ ਬੜਾ ਹੈ, ਫੌਜ ਬੜੀ ਹੈ। ਨਵਾਬ ਨੂੰ ਕਹਿਣ ਲੱਗੇ ਭਾਈ ਪਾਰੋ ਜੁਲਕਾ ਵੀ ਬੜਾ ਸਾਜੋ ਸਮਾਨ ਹੈ, ਦਿੱਲੀ ਨੂੰ ਤੂੰ ਜਾ ਰਿਹਾ ਹੈ। ਤਬ ਤੁਮ ਗਮਨੋ ਦਰਸ਼ਨ ਕਰੀਏ ਸਤਿਗੁਰ ਪਰਸਨ ਕੋ ਫਲ ਧਰੀਏ। ਵੀ ਇਹ ਜਿਹੜੀ ਫੌਜ ਹੈ ਸਾਜੋ ਸਮਾਨ ਤੈਨੂੰ ਛੱਡਣਾ ਪੈਣਾ, ਜੇ ਦਰਸ਼ਨ ਕਰਨ ਵਾਸਤੇ ਜਾਣਾ ਹੈ ਤਾਂ ਤੇਰੇ ਤਾਂ ਤੂੰ ਸਤਿਗੁਰਾਂ ਦੇ ਦਰਸ਼ਨ ਪਰਸਨ ਕਰ ਸਕੇਗਾ। ਪ੍ਰੇਮ ਨਵਾਬ ਕੀਨ ਤਿਸ ਕਾਲਾ ਸੁਤਕੋ ਸੌਂਪ ਸਮਾਜ ਵਿਸਾਲਾ। ਤੇ ਉਸ ਵਕਤ ਨਵਾਬ ਨੇ ਕਿਹਾ ਮੇਰੇ ਕੋਲ ਮੇਰਾ ਪੁੱਤਰ ਹੈ, ਪੁੱਤਰ ਦੇ ਹਵਾਲੇ ਸਾਰਾ ਕੁਝ ਕਰ ਦੇਣਾ ਹੈ। ਇਹ ਆਪਣੇ ਆਪ ਹੀ ਇਹ ਜਿਹੜਾ ਕਾਫਲਾ ਹੈ ਫੌਜ ਹੈ ਉਹਨੂੰ ਦਿੱਲੀ ਲੈ ਜਾਂਦਾ ਹੈ। ਖਿਜਮਤ ਪਾਤਸ਼ਾਹ ਕੀ ਕਰੋ ਹਮਰੋ ਖਿਆਲ ਨਹੀਂ ਔਰ ਧਰੋ। ਤੇ ਇਹ ਜਿਹੜਾ ਨਵਾਬ ਸੀ ਇਹਨੇ ਪੁੱਤਰ ਨੂੰ ਕਿਹਾ ਵੀ ਤੂੰ ਲੈ ਜਾ ਇਹ ਦਿੱਲੀ ਸਾਰੀ ਜਿਹੜੀ ਫੌਜ ਹੈ ਉੱਥੇ ਲੈ ਜਾ, ਮੈਂ ਪਾਤਸ਼ਾਹ ਦੀ ਖਿਜਮਤ ਕਰਕੇ ਸੇਵਾ ਕਰਕੇ ਆਉਂਦਾ, ਦਰਸ਼ਨ ਕਰਕੇ ਆਉਂਦਾ ਹਾਂ। ਸੁਤਕੋ ਸਭ ਬਿਦ ਤਿੰਨ ਸਮਝਾਇਓ ਪਾਰੋ ਸੰਗ ਆਪ ਚੱਲ ਆਇਓ। ਪੁੱਤਰ ਨੂੰ ਸਾਰਾ ਕੁਝ ਸਮਝਾ ਦਿੱਤਾ, ਰੂਟ ਕਿਹੜਾ ਹੈ, ਕਿੰਨੇ ਦਿਨਾਂ ਦੇ ਵਿੱਚ ਦਿੱਲੀ ਪਹੁੰਚਣਾ ਹੈ, ਕੀ ਕੁਝ ਕਰਨਾ, ਅੱਗੇ ਦੀ ਕੀ ਪਲੈਨਿੰਗ ਹੈ, ਪੁੱਤਰ ਨੂੰ ਸਾਰਾ ਕੁਝ ਸਮਝਾ ਦਿੱਤਾ। ਅਤੇ ਆਪ ਜਿਹੜਾ ਨਵਾਬ ਸੀ ਭਾਈ ਪਾਰੋ ਜੁਲਕੇ ਦੇ ਨਾਲ ਉਹ ਫਿਰ ਗੋਇੰਦਵਾਲ ਸਾਹਿਬ
ਪਹੁੰਚਦਾ ਹੈ। ਸਤਿਗੁਰ ਕੋ ਬੰਧਨ ਕਰ ਬੈਸੇ, ਭਏ ਪ੍ਰਸੰਨ ਦੇਖ ਕਰ ਤੈਸੇ। ਸਤਿਗੁਰਾਂ ਦੇ ਦਰਸ਼ਨ ਕਰਕੇ ਦਰਬਾਰ ਦੇ ਵਿੱਚ ਬਹਿ ਗਿਆ ਹੈ। ਪਾਰੋ ਧਨ ਧਨ ਉਪਕਾਰੀ, ਤਰਹੋ ਆਪ ਅਪਰਣ ਦੇ ਤਾਰੀ। ਭਾਈ ਪਾਰੋ ਜੁਲਕਾ ਜੀ ਧਨ ਨੇ, ਸਤਿਗੁਰ ਕੋ ਬੰਧਨ ਕਰ ਬੈਸੇ, ਭਏ ਪ੍ਰਸੰਨ ਦੇਖ ਕਰ ਤੈਸੇ। ਤੇ ਅੱਗੇ ਕਹਿੰਦਾ ਹੈ, ਭਾਈ ਪਾਰੋ ਜੁਲਕਾ ਤੂੰ ਧਨ ਹੈ, ਬੜਾ ਵੱਡਾ ਪਰ ਉਪਕਾਰੀ ਹੈ, ਤੇਰੇ ਸਦਕਾ ਮੇਰਾ ਉਧਾਰ ਹੋਇਆ ਹੈ। ਬੋਲਣ ਮਿਲਣ ਸੰਤ ਕੋ ਸੋ ਨਿਕਾ, ਤਾਤਕਾਲ ਕਟ ਸੰਕਟ ਜੀ ਕਾ। ਵੀ ਗੁਰਮੁਖ ਬੰਦੇ ਦੇ ਨਾਲ ਬੋਲਣਾ ਚੰਗਾ ਹੈ, ਗੁਰਮੁਖ ਬੰਦੇ ਨਾਲ। ਤਾਂ ਹੀ ਕਬੀਰ ਸਾਹਿਬ ਨੇ ਕਿਹਾ, ਸੰਤ ਮਿਲੇ ਕਿਚ ਸੁਣੀਐ ਕਹੀਐ, ਮਿਲੇ ਅਸੰਤ ਮਸਤ ਕਰ ਰਹੀਐ। ਗੁਰਮੁਖ ਬੰਦਾ ਮਿਲੇ ਤੇ ਉਹਦੇ ਨਾਲ ਬੋਲੋ ਸੁਣੋ, ਤੇ ਅਸੰਤ ਮਿਲ ਜਾਏ, ਮਨਮੁਖ ਮਿਲ ਜਾਏ, ਉਹਦੇ ਸਾਹਮਣੇ ਚੁੱਪ ਹੋ ਜਾਵੋ। ਇੱਥੇ ਕਹਿਣ ਲੱਗੇ ਭਾਈ ਪਾਰੋ ਜੁਲਕਾ ਨੂੰ ਇਹ ਨਵਾਬ ਕਹਿੰਦਾ ਵੀ ਤੇਰੇ ਨਾਲ ਬਹਿਣਾ ਉੱਠਣਾ ਬੋਲਣਾ ਚੰਗਾ ਹੈ, ਤੂੰ ਬਿਲਕੁਲ ਛਿਨ ਭਰ ਦੇ ਵਿੱਚ ਸੰਕਟਾਂ ਨੂੰ ਕੱਟ ਸਕਦਾ ਹੈ। ਪਾਰੋ ਨੇ ਸਭ ਕਹਿਓ ਪ੍ਰਸੰਗ, ਜਿਸ ਪ੍ਰਕਾਰ ਆਨਿਓ ਸੋ ਸੰਗ। ਤੇ ਭਾਈ ਪਾਰੋ ਜੁਲਕਾ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਸਾਰਾ ਪ੍ਰਸੰਗ ਬਿਆਨ ਕੀਤਾ। ਮਹਾਰਾਜ, ਇਹ ਨਵਾਬ ਹੈ, ਦਿੱਲੀ ਜਾ ਰਿਹਾ ਸੀ, ਮੇਰੇ ਵੱਲ ਵੇਖ ਕੇ ਖੁਸ਼ ਹੋਇਆ, ਪ੍ਰਸੰਨ ਹੋਇਆ, ਇਹਨੂੰ ਮੈਂ ਇੱਥੇ ਲੈ ਕੇ ਆ ਗਿਆ ਹਾਂ। ਸੁਣ ਸ੍ਰੀ ਅਮਰ ਕਰੇ ਤਬ ਕਰੁਣਾ, ਹਰਿਓ ਤਿਸੀ ਕੋ ਜਨਮ ਨਾ ਰੋ ਮਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਦੇ 'ਤੇ ਕਿਰਪਾ ਕੀਤੀ ਹੈ। ਹਰਿਓ ਤਿਸੀ ਕੇ ਜਨਮ ਰੂ ਮਰਨਾ, ਨਵਾਬ ਦੇ ਉੱਤੇ ਬਖਸ਼ਿਸ਼ ਕੀਤੀ, ਉਹਦਾ ਜਿਹੜਾ ਜੰਮਨ ਮਰਨ ਹੈ ਸ਼ਬਦ ਦਾ ਗਿਆਨ ਦੇ ਕੇ ਕੱਟਿਆ ਹੈ। ਸਤਿਗੁਰ ਕੀ ਔਰ ਪ੍ਰੀਤ ਪਰੀ ਹੈ, ਮਨ ਵਿਕਾਰ ਕੇ ਪੀਰ ਹਰੀ ਹੈ। ਸਤਿਗੁਰ ਦਾ ਜਿਹੜਾ ਪਿਆਰ ਹੈ ਬਹੁਤ ਤਾਕਤਵਰ ਹੈ। ਗੁਰੂ ਦਾ ਪਿਆਰ ਜੰਮਨ ਅਤੇ ਮਰਨਾ ਕੱਟ ਦਿੰਦਾ ਹੈ, ਜਿਹੜੇ ਅੰਦਰ ਵਕਾਰ ਨੇ ਉਹ ਵਕਾਰਾਂ ਨੂੰ ਕੱਟ ਦਿੰਦਾ ਹੈ। ਭਇਓ ਨਿਹਾਲ ਨਿਵਾਬ ਕਨੇਰਾ, ਕੇਤਕ ਦਿਨ ਗੁਰ ਨਿਕਟ ਬਸੇਰਾ। ਨਵਾਬ ਨੂੰ ਸਤਿਗੁਰਾਂ ਨੇ ਬਚਨਾਂ ਦੇ ਨਾਲ ਨਿਹਾਲ ਕੀਤਾ, ਕੁਝ ਦਿਨ ਉਹ ਨਵਾਬ ਗੋਇੰਦਵਾਲ ਸਾਹਿਬ ਰਿਹਾ ਹੈ। ਸੰਤ ਸੰਗ ਸਮ ਪਾਰਸ ਸੋਹਿਓ, ਹੁਤੋ ਮਨੂਰ ਸੋ ਕੰਚਨ ਭਇਓ। ਉਹ ਜਿਹੜਾ ਨਵਾਬ ਸੀ, ਗੁਰੂ ਹੈ ਪਾਰਸ, ਗੁਰੂ ਦੇ ਨਾਲ ਜਦੋਂ ਜੁੜਿਆ ਤੇ ਕੰਚਨ ਹੋ ਗਿਆ, ਸੋਨਾ ਹੋ ਗਿਆ। ਉਹਦਾ ਜਿਹੜਾ ਮਨ ਮਨੂਰ ਸੀ, ਸੜਿਆ ਲੋਹਾ ਸੀ, ਉਹਦਾ ਮਨ ਸੜੇ ਲੋਹੇ ਤੋਂ ਫਿਰ ਕੰਚਨ ਸੋਨਾ ਹੋ ਗਿਆ ਹੈ। ਪਰਮਾਨੰਦ ਪਾਏ ਕਰ ਭਲੋ, ਵਿਦਾ ਹੋਏ ਪਾਰੋ ਸੰਗ ਚਲੋ। ਤੇ ਫਿਰ ਪਰਮ ਆਨੰਦ ਪ੍ਰਾਪਤ ਕਰਕੇ ਉਹ ਨਵਾਬ ਫਿਰ ਦਿੱਲੀ ਨੂੰ ਚਲਾ ਜਾਂਦਾ ਹੈ। ਡੱਲੇ ਗ੍ਰਾਮ ਨਾਮ ਇੱਕ ਲਾਲੂ, ਪ੍ਰੇਮੀ ਪਾਰੋ ਸੰਗ ਵਿਸਾਲੂ। ਇੱਥੇ ਕਵੀ ਜੀ ਜ਼ਿਕਰ ਕਰਦੇ ਪਏ ਨੇ ਵੀ ਭਾਈ ਪਾਰੋ ਦੁਲਕੇ ਨੇ ਕਿਹੜੇ ਕਿਹੜੇ ਸਿੱਖਾਂ ਨੂੰ, ਲੋਕਾਂ ਨੂੰ ਜੋੜਿਆ, ਇਹ ਨਵਾਬ ਨੂੰ ਜੋੜਿਆ। ਹੁਣ ਇਸ ਤੋਂ ਅਗਲਾ ਪ੍ਰਸੰਗ ਹੈ ਵੀ ਡੱਲੇ ਦੇ ਵਿੱਚ ਇੱਕ ਸਿੱਖ ਹੈ, ਇੱਕ ਬੰਦਾ ਹੈ ਜਿਹਦਾ ਨਾਂ ਹੈ ਲਾਲੂ। ਸਤਿਗੁਰ ਜਾਪ ਜਪੇ ਦਿਨ ਰੈਨ, ਹਰੇ ਵਿਕਾਰਨ ਤੇ ਮਨ ਚੈਨ। ਉਹਨੇ ਫਿਰ ਭਾਈ ਪਾਰੋ ਜੁਲਕੇ ਦੀ ਸੰਗਤ ਕੀਤੀ, ਉੱਠਣਾ ਬਹਿਣਾ ਸ਼ੁਰੂ ਕੀਤਾ, ਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ, ਗੁਰੂ ਦਾ ਜਾਪ ਜਪਣਾ ਸ਼ੁਰੂ ਕਰ ਦਿੱਤਾ, ਮਨ ਦੇ ਵਿੱਚ ਵਕਾਰ ਖਤਮ ਹੋਏ ਹਨ, ਮਨ ਨੂੰ ਚੈਨ ਮਿਲਿਆ ਹੈ। ਪਾਰੋ ਇੱਕ ਦਿਨ ਆਵਨ ਲਾਗਾ, ਗੁਰਦਰਸ਼ਨ ਕੋ ਮਨ ਅਨੁਰਾਗਾ। ਤੇ ਭਾਈ ਪਾਰੋ ਜੁਲਕਾ ਡੱਲੇ ਪਿੰਡ ਤੋਂ ਆਉਂਦਾ ਸੀ, ਤੇ ਜਦੋਂ ਉਹ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗਾ ਹੈ, ਕਹਿ ਲਾਲੋ ਗੁਰ ਕੇ ਢਿੱਗ ਜਾਵ ਹੋ, ਮੋ ਕੋ ਭੀ ਦਰਸ਼ਨ ਕਰਵਾਵ ਹੋ। ਤੇ ਜਿਹੜਾ ਲਾਲੂ ਹੈ ਕਹਿਣ ਲੱਗਾ ਵੀ ਭਾਈ ਪਾਰੋ ਜੁਲਕਾ, ਤੂੰ ਗੁਰੂ ਦੇ ਦਰਸ਼ਨ ਕਰਨ ਜਾ ਰਿਹਾ ਹੈ, ਤੇ ਕਿਰਪਾ ਕਰ, ਮੇਰੇ 'ਤੇ ਕਿਰਪਾ ਕਰ, ਮੈਨੂੰ ਵੀ ਲੈ ਚੱਲ, ਮੈਂ ਵੀ ਗੁਰੂ ਦੇ ਦਰਸ਼ਨ ਕਰ ਲਵਾਂਗਾ। ਤਉ ਕਰੁਣਾ ਤੇ ਭਾਵ ਕੋ ਤਰੋ, ਜਨਮ ਮਰਨ ਤੇ ਮਨ ਮਹਿ ਡਰੋ। ਮੈਂ ਵੀ ਫਿਰ ਜੰਮਨ ਮਰਨ ਤੂੰ ਬਚ ਜਾਵਾਂਗਾ, ਜੰਮਨ ਮਰਨ ਦਾ ਜਿਹੜਾ ਡਰ ਖਤਮ ਹੋ ਜਾਏਗਾ, ਮੈਂ ਤਰ ਜਾਵਾਂਗਾ। ਸੋ ਇੱਕ ਜੋੜਨ ਦਾ ਤਰੀਕਾ ਹੁੰਦਾ। ਭਾਈ ਪਾਰੋ ਜੁਲਕੇ ਨੇ ਕਈ ਸਿੱਖਾਂ ਨੂੰ ਜੋੜਿਆ, ਉਹ ਸਿੱਧਾ ਨਹੀਂ ਕਹਿੰਦੇ ਸਨ ਵੀ ਫਲਾਣਾ ਮੇਰਾ ਗੁਰੂ ਹੈ, ਚੱਲ ਮੇਰੇ ਗੁਰੂ ਕੋਲ ਤੇ ਉਹਦਾ ਸਿੱਖ ਹੋ ਜਾ। ਭਾਈ ਪਾਰੋ ਜੁਲਕਾ ਜੀ ਸਿਧਾਂਤ ਦੱਸਦੇ ਸਨ, ਜ਼ਿੰਦਗੀ ਦੇ ਕੀ ਅਸੂਲ ਨੇ, ਜ਼ਿੰਦਗੀ ਵਿੱਚ ਕਿਵੇਂ ਸੁਖੀ ਰਹਿ ਸਕਦੇ ਹਾਂ, ਜ਼ਿੰਦਗੀ ਦੇ ਵਿੱਚ ਬੰਦਾ ਦੁਖੀ ਕਿਵੇਂ ਹੁੰਦਾ ਹੈ, ਹਿਰਦੇ ਦਾ ਆਨੰਦ ਕਿਵੇਂ ਮਿਲ ਸਕਦਾ, ਮਨ ਦੀ ਸ਼ਾਂਤੀ ਕਿਵੇਂ ਮਿਲ ਸਕਦੀ, ਅੰਦਰ ਦਾ ਟਿਕਾ ਕਿਵੇਂ ਮਿਲ ਸਕਦਾ। ਜਦੋਂ ਇਹ ਗੱਲਾਂ ਡਿਸਕਸ ਕੀਤੀਆਂ ਜਾਂਦੀਆਂ ਸਨ, ਕਿਉਂਕਿ ਇਹ ਸਾਰੀਆਂ ਗੱਲਾਂ ਹਰੇਕ ਬੰਦੇ ਦੇ ਜੀਵਨ ਦੇ ਵਿੱਚ ਨੇ, ਭਾਈ ਸਾਹਿਬ ਜਦੋਂ ਇਹ ਗੱਲਾਂ ਡਿਸਕਸ ਕਰਦੇ ਨੇ, ਫਿਰ ਉਹ ਜਦੋਂ ਬੰਦਾ ਪ੍ਰਭਾਵਿਤ ਹੋ ਜਾਂਦਾ, ਪੁੱਛਦਾ ਵੀ ਇਹ ਗੱਲਾਂ ਕਿੱਥੋਂ ਸਿੱਖੀਆਂ, ਤੇ ਭਾਈ ਸਾਹਿਬ ਕਹਿੰਦੇ ਆਪਣੇ ਗੁਰੂ ਤੋਂ। ਉਹ ਪੁੱਛਦਾ ਤੇਰਾ ਗੁਰੂ ਕੌਣ, ਤੇ ਭਾਈ ਸਾਹਿਬ ਕਹਿੰਦੇ ਮੇਰਾ ਗੁਰੂ ਧੰਨ ਗੁਰੂ ਅਮਰਦਾਸ ਸੱਚਾ ਪਾਤਸ਼ਾਹ। ਫਿਰ ਪਿਆਸ ਲੱਗਦੀ ਹੈ, ਦਰਸ਼ਨ ਦੀ ਪਿਆਸ ਪੈਦਾ ਹੁੰਦੀ ਹੈ, ਪਹਿਲਾਂ ਬੋਲ ਸੁਣੇ, ਸੁਣ ਸੁਣ ਕੇ ਪਿਆਸ ਪੈਦਾ ਹੋ ਗਈ,
ਅਤੇ ਕਵੀ ਜੀ ਲਿਖਦੇ ਪਏ ਨੇ ਵੀ ਭਾਈ ਲਾਲੂ ਜਿਹੜਾ ਸਿੱਖ ਹੈ ਹੁਣ ਜੋੜ ਲਿਆ ਹੈ। ਭਾਈ ਜਿਹੜਾ ਲਾਲੂ ਕਹਿਣ ਲੱਗਾ ਵੀ ਮੈਨੂੰ ਵੀ ਆਪਣੇ ਗੁਰੂ ਦੇ ਦਰਸ਼ਨ ਕਰਵਾ, ਮੈਂ ਵੀ ਜਿਹੜਾ ਆਪਣਾ ਜੰਮਨ ਮਰਨ ਹੈ ਉਹ ਕੱਟ ਲਵਾਂ। ਸ਼ਰਨ ਪਰਿਓ ਗੁਰ ਕੀ ਅਬਚਾਹੋ, ਹਿਰਦੇ ਸੰਦੇਹਨ ਸਭ ਕੋ ਦਾਹੋ। ਮੈਂ ਗੁਰੂ ਦੀ ਸ਼ਰਨ ਪਵਾਂ, ਹਿਰਦੇ ਵਿੱਚ ਜਿਹੜੇ ਸੰਦੇਹ ਨੇ, ਡਾਊਟਸ ਨੇ, ਉਹ ਸਭ ਮੈਂ ਖਤਮ ਕਰ ਦੇਵਾਂ। ਸਿੱਖ ਗੁਰਮੁਖ ਹੋਵਤ ਉਪਕਾਰੀ, ਤੋ ਪਰ ਸਤਿਗੁਰ ਕਰੁਣਾ ਧਾਰੀ। ਤੇਰੇ ਤੇ ਸਤਿਗੁਰ ਨੇ ਬੜੀ ਕਿਰਪਾ ਕੀਤੀ ਹੈ, ਤੂੰ ਸਿੱਖਾਂ ਵਾਸਤੇ ਗੁਰਮੁਖਾਂ ਵਾਸਤੇ ਬਹੁਤ ਪਰਉਪਕਾਰੀ ਹੈ। ਵਧਿਓ ਪ੍ਰੇਮ ਲਾਲੂ ਕਹੋ ਪਲ ਮੈਂ, ਪੁਲਕਿਓ ਤਨ ਲੋਚਨ ਜਲ ਗਲ ਮੈਂ। ਤੇ ਕਵੀ ਜੀ ਕਹਿੰਦੇ ਨੇ ਪ੍ਰੇਮ ਵਧਿਓ ਪ੍ਰੇਮ ਲਾਲੂ ਕਹੋ ਪੁਲ ਮੈਂ। ਜਦੋਂ ਇਹ ਬਚਨ ਕਰਦਾ ਪਿਆ ਸੀ, ਉਹਦੇ ਹਿਰਦੇ ਵਿੱਚੋਂ ਰੋਮ ਰੋਮ ਦੇ ਵਿੱਚੋਂ ਪ੍ਰੇਮ ਡੁੱਲਦਾ ਪਿਆ ਸੀ, ਝਲਕਦਾ ਪਿਆ ਸੀ। ਪੁਲਕਿਓ ਤਨ ਲੋਚਨ ਜਲ ਗਲ ਮੈਂ, ਕਹਿਣ ਲੱਗੇ ਵੀ ਗਲਾ ਰੁਕ ਗਿਆ ਹੈ, ਅੱਖਾਂ ਦੇ ਵਿੱਚ ਜਿਹੜੇ ਹੰਝੂ ਨੇ ਵਹਿ ਤੁਰੇ ਹਨ। ਚਰਨ ਬੰਦਨਾ ਕਰਹਿਆ ਗਾਰੇ, ਭਇਓ ਅਧੀਰ ਦਰਸਕੋ ਭਾਰੀ। ਤੇ ਇੱਥੋਂ ਤੱਕ ਇਸ ਸਿੱਖ ਨੇ, ਉਸ ਬੰਦੇ ਨੇ, ਭਾਈ ਲਾਲੂ ਨੇ ਮੱਥਾ ਟੇਕ ਦਿੱਤਾ। ਭਾਈ ਪਾਰੋ ਜੁਲਕਾ ਨੂੰ ਮੱਥਾ ਟੇਕ ਕੇ ਅਧੀਰ ਹੋ ਗਿਆ, ਕਹਿਣ ਲੱਗਾ ਮੇਰੇ ਹਿਰਦੇ ਵਿੱਚ ਦਰਸ਼ਨਾਂ ਦੀ ਬਹੁਤ ਭਾਰੀ ਪਿਆਸ ਹੈ। ਪਾਰੋ ਨੇ ਲਾਲੂ ਸੰਗ ਲੀਨੋ, ਗੋਇੰਦਵਾਲ ਚਲਨ ਕੋ ਕੀਨੋ। ਤੇ ਭਾਈ ਪਾਰੋ ਜੁਲਕਾ ਨੇ ਫਿਰ ਕੀ ਕੀਤਾ, ਕਹਿਣ ਲੱਗਾ ਲਾਲੂ ਜੀ ਚਲੋ ਫਿਰ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ, ਦੀਦਾਰ ਕਰਨ ਵਾਸਤੇ ਚਲੀਏ। ਗੁਰਦਰਬਾਰ ਜਾਏ ਰਜ ਲਾਏ, ਮਸਤਕ ਮੁਖ ਸਗਰੇ ਤਨ ਮਾਹੇ। ਭਾਈ ਲਾਲੂ ਪਹੁੰਚਿਆ ਤੇ ਇਹਨੇ ਪਹਿਲਾ ਕੰਮ ਕੀਤਾ ਵੀ ਜਿਹੜੇ ਗੁਰੂ ਦਰਬਾਰ ਦੀ ਚਰਨ ਧੂੜ ਸੀ, ਰੱਜ ਸੀ, ਉਹ ਆਪਣੇ ਮੱਥੇ ਨੂੰ ਇਹਨੇ ਲਾਈ ਹੈ। ਪੁਨ ਲੰਗਰ ਮਹਿ ਕਰਿਓ ਆਹਾਰਾ, ਭਇਓ ਪੁਨੀਤ ਪਰਮ ਸੁਖ ਧਾਰਾ। ਹੁਣ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਦਾ ਅਸੂਲ ਸੀ, ਜਿਹਨੇ ਦਰਸ਼ਨ ਕਰਨੇ ਪਹਿਲਾਂ ਪੰਗਤ ਵਿੱਚ ਬਹਿ ਕੇ ਲੰਗਰ ਛਕੇ। ਭਾਈ ਲਾਲੂ ਗਿਆ ਪੰਗਤ ਵਿੱਚ ਬੈਠਾ, ਉੱਥੇ ਪਹਿਲਾਂ ਇਹਨੇ ਪ੍ਰਸ਼ਾਦਾ ਛਕਿਆ ਹੈ। ਅੰਤਰ ਜਾਏ ਗੁਰੂ ਕੋ ਹੇਰਾ, ਪਦ ਅਰਬਿੰਦ ਬੰਦ ਤਿਸ ਬੇਰਾ। ਜਦੋਂ ਲੰਗਰ ਛਕ ਲਿਆ ਫਿਰ ਦਰਬਾਰ ਵਿੱਚ ਗਿਆ, ਸਾਹਮਣੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ। ਪੁੱਟ ਲੋਚਨ ਤੇ ਅੰਮ੍ਰਿਤ ਰੂਪ, ਪਾਨ ਕਰਤ ਤ੍ਰਿਪਤੇ ਨਾ ਅਨੂਪ। ਇਹਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਇਹਦੀਆਂ ਅੱਖਾਂ ਮਾਨੋ ਡੂਨੇ ਨੇ। ਡੂਨੇ ਆਪਾਂ ਕਹਿ ਦਿੰਦੇ ਹਾਂ ਕੜਛੀ ਨੂੰ, ਜਿੱਦਾਂ ਕੜਛੀ ਭਰ ਕੇ ਚੋਲ ਦਾਲ ਚੀਜ਼ਾਂ ਵਰਤਾਉਂਦੇ ਹਾਂ। ਕਵੀ ਜੀ ਲਿਖਦੇ ਪਏ ਨੇ ਇਹਨੇ ਆਪਣੀਆਂ ਅੱਖਾਂ ਨੂੰ ਡੂਨੇ ਬਣਾ ਲਿਆ ਹੈ। ਸਤਿਗੁਰੂ ਦਾ ਦਰਸ਼ਨ ਅੰਮ੍ਰਿਤ ਹੈ, ਤੇ ਸਤਿਗੁਰ ਦੇ ਅੰਮ੍ਰਿਤ ਰੂਪੀ ਦਰਸ਼ਨ ਨੂੰ ਆਪਣੀਆਂ ਅੱਖਾਂ ਦੇ ਵਿੱਚ ਭਰ ਲਿਆ ਹੈ। ਬੋਲੇ ਸਹਿਜ ਸੁਭਾਏ ਕਿਰਪਾਲੂ, ਅਤ ਹਰ ਰੰਗ ਚੱਲ ਲਿਓ ਲਾਲੂ। ਸਤਿਗੁਰਾਂ ਦੇ ਵੱਲ ਵੇਖੀ ਜਾ ਰਿਹਾ, ਤ੍ਰਿਪਤ ਨਹੀਂ ਹੋ ਰਿਹਾ, ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਹਿਜ ਸੁਭਾਅ ਦੇ ਨਾਲ ਬੋਲਣ ਲੱਗੇ, ਕਹਿਣ ਲੱਗੇ ਲਾਲੂ ਤੂੰ ਨਾਮ ਦੇ ਵਿੱਚ ਚਲੂਲ ਹੋ ਗਿਆ ਹੈ। ਚਲੂਲ ਕਹਿੰਦੇ ਨੇ ਰੰਗਿਆ ਗਿਆ ਹੈ। ਸੁਣਕਰ ਪਰਮਾਨੰਦ ਕਹੋ ਪਾਇਓ, ਨਿਸ ਦਿਨ ਧਿਆਨ ਗੁਰੂ ਕਹਿਲਾਇਓ। ਸੁਣਕਰ ਪਰਮਾਨੰਦ ਕਹੋ ਪਾਇਓ, ਗੁਰੂ ਨੇ ਬਚਨ ਕੀਤੇ ਤੇ ਇਹਨੇ ਪਰਮ ਆਨੰਦ ਨੂੰ ਪ੍ਰਾਪਤ ਕਰ ਲਿਆ। ਨਿਸ ਦਿਨ ਧਿਆਨ ਗੁਰੂ ਕਹਿਲਾਇਓ, ਪਹਿਲਾਂ ਸਿੱਖੀ ਦੀ ਪ੍ਰੈਕਟਿਸ ਇਹਨੇ ਘਰ ਤੋਂ ਸ਼ੁਰੂ ਕਰ ਦਿੱਤੀ ਸੀ, ਹੁਣ ਗੁਰੂ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਵੀ ਹੁਣ ਧਿਆਨ ਲੱਗ ਗਿਆ ਹੈ, ਪਰਮ ਆਨੰਦੀ ਨੂੰ ਪ੍ਰਾਪਤੀ ਹੋ ਗਈ ਹੈ। ਕਰੁਣਾ ਕਰ ਲਾਲੂ ਕੇ ਭਾਲੂ, ਨਿਜ ਕਰ ਧਰਿਓ ਨਿਹਾਲ ਵਿਸਾਲੂ। ਤੇ ਉੱਥੇ ਕਹਿਣ ਲੱਗੇ ਕਰੁਣਾ ਕਰ, ਭਾਈ ਲਾਲੂ ਦੇ ਉੱਤੇ ਕਿਰਪਾ ਕੀਤੀ ਹੈ, ਨਿਹਾਲ ਕਰ ਦਿੱਤਾ ਹੈ। ਸਤਿਗੁਰਾਂ ਨੇ ਆਪਣਾ ਸਿਰ ਮਸਤਕ ਦੇ ਉੱਤੇ ਧਰਿਆ, ਇਹਦੇ ਅੰਦਰ ਦੇ ਕਪਾਟ ਖੁੱਲ੍ਹ ਗਏ ਨੇ, ਬਖਸ਼ਿਸ਼ ਕੀਤੀ ਹੈ। ਕਈ ਸਿੱਖਾਂ ਦੇ ਉੱਤੇ ਸਤਿਗੁਰਾਂ ਦੀ ਤੁਰੰਤ ਬਖਸ਼ਿਸ਼ ਹੋ ਜਾਂਦੀ ਹੈ, ਕਈਆਂ ਦੇ ਉੱਤੇ ਸਮਾਂ ਲੱਗਦਾ ਹੈ। ਇਤਿਹਾਸ ਦੇ ਅੰਦਰ ਇੱਕ ਘਟਨਾ ਹੈ, ਭਾਈ ਮਰਦਾਨੇ ਨੇ ਇੱਕ ਦਫ਼ਾ ਪੁੱਛਿਆ, ਗੁਰੂ ਨਾਨਕ ਸਾਹਿਬ ਜੀ ਆਪਾਂ ਕੁਝ ਥਾਵਾਂ ਦੇ ਉੱਤੇ ਬਹੁਤ ਲੰਮਾ ਟਾਈਮ ਰਹਿੰਦੇ ਹਾਂ, ਇੱਕ ਮਹੀਨਾ, ਦੋ ਮਹੀਨੇ, ਮਹਾਰਾਜ ਸੱਚੇ ਪਾਤਸ਼ਾਹ ਤਿੰਨ ਤਿੰਨ ਮਹੀਨੇ ਵੀ ਰਹਿੰਦੇ ਹਾਂ। ਕਈ ਥਾਵਾਂ ਦੇ ਉੱਤੇ ਆਪਾਂ ਕੇਵਲ ਤਾਂ ਕੇਵਲ ਹਫ਼ਤੇ ਰਹਿੰਦੇ ਹਾਂ, ਕੁਝ ਦਿਨ ਰਹਿੰਦੇ ਹਾਂ, ਅਤੇ ਮਹਾਰਾਜ ਕਈ ਥਾਵਾਂ ਦੇ ਉੱਤੇ ਆਪਾਂ ਇੱਕ ਦਿਨ ਹੀ ਰਹਿੰਦੇ ਹਾਂ, ਥੋੜ੍ਹਾ ਸਮਾਂ ਰਹਿੰਦੇ ਹਾਂ, ਕੀ ਕਾਰਨ ਹੈ? ਕੁਝ ਸਿੱਖਾਂ ਦੇ ਕੋਲ ਤੁਸੀਂ ਲੰਮਾ ਸਮਾਂ ਰਹਿੰਦੇ ਹੋ, ਕਈਆਂ ਦੇ ਕੋਲ ਥੋੜ੍ਹੇ ਦਿਨ, ਪਰ ਕਈਆਂ ਦੇ ਕੋਲ ਬਿਲਕੁਲ ਥੋੜ੍ਹਾ ਸਮਾਂ ਰਹਿੰਦੇ ਹੋ, ਇਹਦੇ ਪਿੱਛੇ ਕਾਰਨ ਕੀ ਹੈ? ਵੀ ਸਾਰੇ ਸਿੱਖਾਂ ਦੇ ਕੋਲ ਇੱਕੋ ਜਿਹਾ ਸਮਾਂ ਕਿਉਂ ਨਹੀਂ ਰਹਿੰਦੇ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਜਵਾਬ ਦਿੱਤਾ, ਸਤਿਗੁਰ ਕਹਿਣ ਲੱਗੇ ਮਰਦਾਨਿਆਂ ਵੀ ਜੇ ਤੇਲ ਹੋਵੇ ਅਤੇ ਦੀਵਾ ਹੋਵੇ ਕਿ ਤੂੰ ਦੀਵੇ ਨੂੰ ਜਲਾ ਸਕਦਾ? ਕਹਿਣ ਲੱਗਾ ਨਹੀਂ ਮਹਾਰਾਜ, ਬੱਤੀ ਵੀ ਹੋਣੀ ਚਾਹੀਦੀ ਅਤੇ ਅੱਗ ਵੀ ਹੋਣੀ ਚਾਹੀਦੀ।
ਮਹਾਰਾਜ ਕਹਿੰਦੇ ਜੇ ਦੀਵਾ ਹੈ, ਤੇਲ ਹੈ, ਬੱਤੀ ਹੈ, ਫਿਰ ਕੀ ਦੀਵਾ ਜਗ ਸਕਦਾ? ਕਹਿਣ ਲੱਗਾ ਜੀ ਫਿਰ ਅੱਗ ਦੀ ਲੋੜ ਹੈ, ਅੱਗ ਤੋਂ ਬਿਨਾਂ ਦੀਵਾ ਨਹੀਂ ਜਗੇਗਾ। ਸਤਿਗੁਰੂ ਕਹਿਣ ਲੱਗੇ ਬਸ ਇਹ ਤੇਰੀ ਗੱਲ ਦਾ ਜਵਾਬ ਹੈ। ਆਪਾਂ ਕਈ ਥਾਵਾਂ 'ਤੇ ਬਹੁਤ ਲੰਮੇ ਸਮੇਂ ਤੱਕ ਰਹਿੰਦੇ ਹਾਂ, ਉੱਥੋਂ ਦੇ ਜਦੋਂ ਲੋਕ ਵੇਖੇ ਜਾਂਦੇ ਨੇ, ਸਿੱਖ ਵੇਖੇ ਜਾਂਦੇ ਨੇ, ਉਹਨਾਂ ਦੇ ਕੋਲ ਇਕੱਲਾ ਦੀਵਾ ਹੁੰਦਾ ਹੈ, ਨਾ ਤਾਂ ਉਹਨਾਂ ਦੇ ਕੋਲ ਸ਼ਰਧਾ ਦਾ ਤੇਲ ਹੁੰਦਾ, ਨਾ ਗਿਆਨ ਦੀ ਬੱਤੀ ਹੁੰਦੀ, ਨਾ ਨਾਮ ਦੀ ਅੱਗ ਹੁੰਦੀ ਹੈ। ਬੜਾ ਲੰਮਾ ਸਮਾਂ ਰਹਿ ਕੇ ਉਹਨਾਂ ਦੇ ਕੋਲ ਸ਼ਰਧਾ, ਗਿਆਨ, ਨਾਮ ਇਹ ਚੀਜ਼ਾਂ ਨੂੰ ਪੈਦਾ ਕਰਨਾ ਪੈਂਦਾ ਹੈ, ਇਸ ਕਰਕੇ ਜ਼ਿਆਦਾ ਟਾਈਮ ਉਹਨਾਂ ਦੇ ਕੋਲ ਆਪਾਂ ਰਹਿੰਦੇ ਹਾਂ। ਨੰਬਰ 2 'ਤੇ ਕੁਝ ਥਾਵਾਂ ਦੇ ਉੱਤੇ ਕੁਝ ਸਿੱਖਾਂ ਦੇ ਕੋਲ ਆਪਾਂ ਘੱਟ ਸਮਾਂ ਰਹਿੰਦੇ ਹਾਂ, ਉਹਨਾਂ ਦੇ ਕੋਲ ਸ਼ਰਧਾ ਦਾ ਤੇਲ ਵੀ ਹੁੰਦਾ ਅਤੇ ਗਿਆਨ ਦੀ ਬੱਤੀ ਵੀ ਹੁੰਦੀ। ਸ਼ਰਧਾ ਅਤੇ ਗਿਆਨ ਦੋਵੇਂ ਚੀਜ਼ਾਂ ਹੁੰਦੀਆਂ, ਪਰ ਨਾਮ ਦੀ ਚਿੰਨ੍ਹ ਨਹੀਂ ਹੁੰਦੀ, ਨਾਮ ਨਹੀਂ ਹੁੰਦਾ ਉਹਨਾਂ ਕੋਲ, ਉੱਥੇ ਆਪਾਂ ਥੋੜ੍ਹਾ ਘੱਟ ਰਹਿੰਦੇ ਹਾਂ। ਪਰ ਮਹਾਰਾਜ ਕਹਿੰਦੇ ਕਈ ਥਾਵਾਂ ਦੇ ਉੱਤੇ ਆਪਾਂ ਬਿਲਕੁਲ ਥੋੜ੍ਹਾ ਸਮਾਂ ਰਹਿੰਦੇ ਹਾਂ, ਉਹਨਾਂ ਕੋਲ ਸਾਰਾ ਕੁਝ ਹੁੰਦਾ ਹੈ, ਬਸ ਚਿੰਨ੍ਹ ਲਾਉਣ ਦੀ ਲੋੜ ਹੁੰਦੀ ਹੈ, ਕੇਵਲ ਤਾਂ ਕੇਵਲ ਦੀਪਕ ਜਗਾਉਣ ਦੀ ਲੋੜ ਹੁੰਦੀ ਹੈ, ਕੇਵਲ ਬਖਸ਼ਿਸ਼ ਕਰਨ ਦੀ ਲੋੜ ਹੁੰਦੀ, ਉਹਨਾਂ ਦੇ ਅੰਦਰ ਦਾ ਦੀਵਾ ਜਗ ਪੈਂਦਾ, ਉੱਥੇ ਆਪਾਂ ਬਹੁਤ ਥੋੜ੍ਹਾ ਚਿਰ ਰਹਿੰਦੇ ਹਾਂ। ਇਹ ਭਾਈ ਲਾਲੂ ਸਿੱਖ ਆਇਆ, ਸਿੱਖੀ ਨੂੰ ਪਹਿਲਾਂ ਕੁਮਾਰਿਆ ਸੀ, ਗੁਰੂ ਨੇ ਅੱਜ ਬਖਸ਼ਿਸ਼ ਕੀਤੀ, ਇਹਦੇ ਕਪਾਟ ਖੁੱਲ੍ਹ ਗਏ ਨੇ, ਅਤੇ ਕਵੀ ਜੀ ਲਿਖਦੇ ਪਏ ਨੇ ਵੀ ਗੁਰੂ ਨੇ ਕਿਰਪਾ ਕੀਤੀ, ਇਹਨੂੰ ਨਿਹਾਲ ਕਰ ਦਿੱਤਾ ਹੈ। ਦਿਨ ਪ੍ਰਤ ਸਤਿਗੁਰ ਕੀਨ ਵਡੇਰਾ, ਜਯੋ ਜਯੋ ਹੇ ਰਹਿ ਪ੍ਰੇਮ ਕਨੇਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਰਿਹਾ, ਸਤਿਗੁਰਾਂ ਨੇ ਰੋਜ਼ ਇਹਦੇ 'ਤੇ ਮਹਿਰਾਮਤ ਕਰਨੀ, ਰੋਜ਼ ਇਹਨੂੰ ਨਿਹਾਲ ਕਰਨਾ, ਜਿਉਂ ਜਿਉਂ ਸਤਿਗੁਰ ਦੇ ਵੱਲ ਵੇਖਦਾ ਹੈ ਇਹਦੇ ਹਿਰਦੇ ਵਿੱਚ ਪਿਆਰ ਵੱਧਦਾ ਹੈ। ਏਕ ਦਿਵਸ ਗੁਰ ਹੋਏ ਕਿਰਪਾਲੂ, ਲਾਲੂ ਕੋ ਬਖਸ਼ੀਸ਼ ਵਿਸਾਲੂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਫਿਰ ਲਾਲੂ ਦੇ ਉੱਤੇ ਸੰਪੂਰਨ ਰੂਪ ਦੇ ਵਿੱਚ ਬਖਸ਼ਿਸ਼ ਕਰ ਦਿੱਤੀ। ਇਨਕੋ ਜਹਾ ਨਦੀ ਮੋਡਾਰ, ਧਰੋ ਨਾ ਵਿਵਹਾਰੋ ਕਰ ਪਿਆਰ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾਮ ਰੂਪੀ ਰਤਨ ਹਿਰਦੇ ਵਿੱਚ ਧਰਨਾ। ਇੱਕ ਦਿਨ ਸਾਹਿਬ ਦੇ ਕੋਲ ਰਤਨ ਲੈ ਕੇ ਆ ਗਿਆ। ਮਹਾਰਾਜ ਕਹਿੰਦੇ ਇਹ ਰਤਨ ਹੀਰੇ ਸਾਡੇ ਕਿਸੇ ਕੰਮ ਨਹੀਂ, ਭਾਵੇਂ ਤੂੰ ਨਦੀ ਵਿੱਚ ਸੁੱਟ ਦੇ, ਸਾਡੇ ਕਿਸੇ ਕੰਮ ਨਹੀਂ। ਹਾਂ, ਇੱਕ ਨਾਮ ਰੂਪੀ ਰਤਨ ਹੈ ਜਿਹਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਲਾਲੋ ਗੁਰ ਕੀ ਆਗਿਆ ਮਾਨੀ, ਫੈਂਕੇ ਜਾਏ ਗਹਿਰ ਜਹ ਪਾਨੀ। ਤੇ ਲਾਲੋ ਨੇ ਕੀ ਕੀਤਾ ਵੀ ਗੁਰੂ ਦੀ ਆਗਿਆ ਨੂੰ ਪ੍ਰਵਾਨ ਕਰ ਲਿਆ, ਵੀ ਗੁਰੂ ਕਹਿੰਦਾ ਅੰਦਰ ਹੀਰਾ ਸਾਂਭ ਕੇ ਰੱਖਣਾ, ਦੁਨਿਆਵੀ ਹੀਰਿਆਂ ਨੂੰ ਸੰਭਾਲਣ ਦੀ ਲੋੜ ਨਹੀਂ। ਦੋਹਰਾ ਸਤਿਗੁਰ ਅਰ ਗੁਰ ਸਿੱਖਨ ਕੀ ਮਹਿਮਾ ਮਹਾ ਮਹਾਨ। ਗੁਰੂ ਤੇ ਸਿੱਖਾਂ ਦੀ ਜਿਹੜੀ ਮਹਿਮਾ ਹੈ ਬਹੁਤ ਜ਼ਿਆਦਾ ਮਹਾਨ ਹੈ। ਧੰਨ ਗੁਰੂ ਅਰ ਧੰਨ ਸਿੱਖ, ਜਗਤ ਉਧਾਰਨਵਾਨ। ਕਵੀ ਜੀ ਕਹਿੰਦੇ ਗੁਰੂ ਵੀ ਧੰਨ ਹੈ, ਸਿੱਖ ਵੀ ਧੰਨ ਹੈ, ਗੁਰੂ ਤੇ ਸਿੱਖ ਜਗਤ ਦਾ ਉਧਾਰ ਕਰਦੇ ਹਨ। ਦੋਹਰਾ ਖਾਨ ਸੁਰਾ ਡੱਲੇ ਵਿਖੇ ਗੁਰਮੁਖ ਸਿੱਖ ਵਿਸਾਲ। ਕਵੀ ਜੀ ਕਹਿੰਦੇ ਵੀ ਡੱਲੇ ਨਗਰ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ ਜਿਹਦਾ ਨਾਂ ਹੈ ਖਾਨ ਸੁਰਾ। ਪੂਜੈ ਪਗ ਪੰਕਜ ਸਦਾ ਸ੍ਰੀ ਗੁਰ ਅਮਰ ਕਿਰਪਾਲ। ਸਤਿਗੁਰਾਂ ਦੇ ਚਰਨਾਂ ਨੂੰ ਪੂਜਦਾ ਹੈ, ਗੁਰੂ ਨੂੰ ਸਤਿਗੁਰੂ ਨੂੰ ਸਿਮਰਦਾ ਹੈ, ਸਤਿਗੁਰੂ ਉਹਦੇ 'ਤੇ ਕਿਰਪਾਲ ਹਨ। ਚੌਪਈ ਦੀਪਾ ਮਾਲੂ ਸ਼ਾਹੀ ਔਰ, ਸਿੱਖੀ ਕਰਤ ਬਸ ਹੈ ਤਿਸ ਠੌਰ। ਇਸ ਡੱਲੇ ਪਿੰਡ ਦੇ ਵਿੱਚ ਭਾਈ ਦੀਪਾ ਸਿੱਖ ਰਹਿੰਦਾ ਹੈ, ਮਾਲੂ ਸ਼ਾਹੀ ਸਿੱਖ ਰਹਿੰਦਾ ਹੈ, ਹੋਰ ਬੜੇ ਸਿੱਖ ਇਸ ਡੱਲੇ ਪਿੰਡ ਵਿੱਚ ਰਹਿੰਦੇ ਹਨ। ਨਾਮ ਕਿਦਾਰੀ ਸਿੱਖ ਉਦਾਰ, ਇਤਿਆਦਕ ਸਿੱਖ ਬਹੁਤ ਵਿਚਾਰ। ਭਾਈ ਕਿਦਾਰੀ ਇਸ ਨਗਰ ਦੇ ਵਿੱਚ ਰਹਿੰਦਾ ਹੈ, ਕਵੀ ਜੀ ਕਹਿੰਦੇ ਬਹੁਤ ਜ਼ਿਆਦਾ ਸਿੱਖ ਰਹਿੰਦੇ ਹਨ। ਗਿਣਤੀ ਵਿਖੇ 72 ਭਏ, ਸ੍ਰੀ ਗੁਰ ਅਮਰ ਉਦਾਹਰਣ ਕੀਏ। ਪਰ ਕਹਿਣ ਲੱਗੇ ਡੱਲੇ ਪਿੰਡ ਵਿੱਚ 72 ਸਿੱਖ ਏਦਾਂ ਦੇ ਨੇ ਜਿਹੜੇ ਪ੍ਰਸਿੱਧ ਨੇ, ਜਿਨ੍ਹਾਂ ਦੇ ਉੱਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਉਹ 72 ਸਿੰਘ 72 ਸਿੱਖ ਇਸੇ ਪਿੰਡ ਦੇ ਸਨ। ਕਹੋ ਅਗਾਰੀ ਕਥਾ ਤਿਨਹੂ ਕੀ, ਹਰੀ ਵਿਦਿਆ ਗੁਰੂ ਜਿਨਹੂ ਕੀ। ਕਵੀ ਜੀ ਕਹਿੰਦੇ ਅੱਗੇ ਜਾ ਕਰਕੇ ਮੈਂ ਉਹਨਾਂ ਦੀ ਕਥਾ ਬਿਆਨ ਕਰਾਂਗਾ ਵੀ ਕਿਵੇਂ ਗੁਰੂ ਨੇ ਉਹਨਾਂ ਦੇ ਹਿਰਦੇ ਵਿੱਚੋਂ ਅਗਿਆਨ ਨੂੰ ਕੱਟਿਆ ਹੈ। ਨਾਮ ਮਹੇਸ਼ਾ ਪੁਰ ਸੁਲਤਾਨ, ਬਹੁ ਬਾਹੀ ਅਰ ਧਨੀ ਮਹਾਨ। ਸੁਲਤਾਨਪੁਰ, ਸੁਲਤਾਨਪੁਰ ਦਾ ਇੱਕ ਨਵਾਬ ਕਹਿ ਲਓ, ਸ਼ਾਹੂਕਾਰ ਕਹਿ ਲਓ, ਜਿਹਦਾ ਨਾਮ ਮਹੇਸ਼ਾ ਹੈ, ਜਿਹੜਾ ਬਹੁਤ ਬਾਹੂਬਲੀ ਤਾਕਤਵਰ ਹੈ ਤੇ ਬਹੁਤ ਪੈਸੇ ਵਾਲਾ ਹੈ। ਸਤਿਗੁਰ ਕੀ ਮਹਿਮਾ ਸੁਣ ਤਾਹੀ, ਉਪਜਿਓ ਪ੍ਰੇਮ ਮਹਾ ਮਨ ਮਾਹੀ। ਇਹ ਜਿਹੜਾ ਸੁਲਤਾਨਪੁਰ ਦਾ ਮਹੇਸ਼ ਹੈ, ਜਦੋਂ ਇਹਨੇ ਗੁਰੂ ਦੀ ਮਹਿਮਾ ਨੂੰ ਸੁਣਿਆ, ਇਹਦੇ ਹਿਰਦੇ ਵਿੱਚ ਬਹੁਤ ਪਿਆਰ ਪੈਦਾ ਹੋਇਆ ਹੈ। ਗੋਇੰਦਵਾਲ ਗਏ ਤਬ ਆਏ, ਦਰਸ਼ਨ ਕਰ ਗੁਰ ਕੋ ਹਰਖਾਏ। ਗੋਇੰਦਵਾਲ ਸਾਹਿਬ ਆਇਆ, ਸਤਿਗੁਰਾਂ ਦੇ ਇਹਨੇ ਦਰਸ਼ਨ ਕੀਤੇ ਤੇ ਬਹੁਤ ਖੁਸ਼
ਸੰਤੋਸ਼ ਹੋਇਆ ਹੈ। ਪੂਰਬ ਭੋਜਨ ਲੰਗਰ ਖਾਇਓ, ਬਾਹਰ ਜਾਏ ਸਤਿਗੁਰ ਦਰਸਾਇਓ। ਲੰਗਰ ਦੇ ਵਿੱਚ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ, ਮੁੜ ਕੇ ਸਾਹਿਬ ਦੇ ਦਰਸ਼ਨ ਕੀਤੇ, ਬਹੁਤ ਅੰਦਰ ਨੂੰ ਠੰਡ ਪਈ ਹੈ। ਬੜੇ ਭਾਗ ਤੇ ਬੈਠੇ ਉਪਾਸ, ਨਿਸਦਿਨ ਜਿਸਕੇ ਪ੍ਰੇਮ ਸੋ ਪਿਆਸ। ਦਿਨ ਰਾਤ ਜਿਹਦੇ ਅੰਦਰ ਪ੍ਰੇਮ ਡਲਕਾ ਮਾਰਦਾ ਸੀ, ਅੱਜ ਉਹ ਜਿਹੜਾ ਸਿੱਖ ਹੈ ਮਹੇਸ਼ਾ ਸਤਿਗੁਰਾਂ ਦੇ ਕੋਲ ਬੈਠ ਗਿਆ ਹੈ। ਬਾਰ ਬਾਰ ਬੰਦਨ ਕੋ ਕਰਹੀ, ਸਮੁਖ ਬੈਠ ਗੁਰਦਰਸ ਨਿਹਰਹੀ। ਸਤਿਗੁਰਾਂ ਦੇ ਸਨਮੁਖ ਬਹਿ ਗਿਆ, ਵਾਰ ਵਾਰ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ। ਬੂਜਨ ਹਿਤ ਗੁਰ ਤਿਸੇ ਅਲਾਇਓ, ਕਵਨ ਅਰਥ ਤੂੰ ਚੱਲ ਕਰ ਆਇਓ। ਸਤਿਗੁਰਾਂ ਦੇ ਸਾਹਮਣੇ ਬੈਠਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਭਾਈ ਤੂੰ ਕੌਣ ਹੈ, ਕਿੱਥੋਂ ਆਇਆ ਹੈ ਤੇ ਤੇਰੇ ਆਉਣ ਦਾ ਇੱਥੇ ਮਕਸਦ ਕੀ ਹੈ। ਕਹਾਂ ਬਸੈ ਕਿਸ ਕੋ ਮਤ ਧਾਰ ਹੈ, ਮੰਤਰ ਜਾਪ ਕਿਸ ਬਦਨ ਉਚਾਰ ਹੈ। ਤੂੰ ਆਪਣੇ ਮੁਖ ਤੂੰ ਕਿੰਦਾ ਮੰਤਰ ਉਚਾਰਨ ਕਰਦਾ ਹੈ, ਕਿਸ ਕੋ ਮਤ ਧਾਰ ਹੈ, ਤੇਰਾ ਜਿਹੜਾ ਪਹਿਲਾ ਮਤ ਹੈ ਉਹ ਕਿਹੜਾ ਹੈ, ਭਾਵ ਤੇਰਾ ਪਹਿਲਾ ਫੇਥ ਕਿਹੜਾ ਹੈ। ਹਾਥ ਜੋੜ ਤਿਨ ਕਹਿਓ ਬੁਝਾਈ, ਪ੍ਰਭ ਜੀ ਮੈਂ ਆਇਓ ਸ਼ਰਣਾਈ। ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਰਾਵਰ ਨਾਮ ਆਸ ਕੋ ਧਰੋ, ਮਿਟੇ ਸ਼ੋਕ ਪਵ ਸਾਗਰ ਤਰੋ। ਸਤਿਗੁਰੂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੇਰੇ ਨਾਮ ਕਰਕੇ ਤੇਰੇ ਤੋਂ ਨਾਮ ਦੀ ਦਾਤ ਲੈਣ ਵਾਸਤੇ ਆਇਆ ਹਾਂ, ਤਾਂ ਜੋ ਮੇਰੇ ਦੁੱਖ ਮਿਟ ਜਾਣ ਤੇ ਸੰਸਾਰ ਸਾਗਰ ਤੂੰ ਤਰ ਜਾਵਾਂ। ਪਰ ਸਭਨ ਤੇ ਆਸ ਮਿਟਾਏ, ਰਹੋ ਆਪ ਕੀ ਪਰ ਸ਼ਰਣਾਏ। ਸਾਰੀਆਂ ਇਸ਼ਾਵਾਂ ਦਾ ਤਿਆਗ ਕਰਕੇ, ਅਸਾਵਾਂ ਦਾ ਤਿਆਗ ਕਰਕੇ ਸਹਿਬ ਤੇਰੀ ਸ਼ਰਨ ਵਿੱਚ ਆਇਆ ਹਾਂ। ਤਬ ਸ੍ਰੀ ਸਤਿਗੁਰ ਕਹਿਓ ਸੁਣਾਈ, ਹਮਰੀ ਸ਼ਰਨ ਪਰਿਓ ਨਹਿ ਜਾਈ। ਤੇ ਸਹਿਬ ਕਹਿੰਦੇ ਕਹਿਣ ਦੇ ਨਾਲ ਸਾਡੀ ਸ਼ਰਨ ਦੇ ਵਿੱਚ ਤੂੰ ਨਹੀਂ ਪੈ ਸਕਦਾ, ਤੂੰ ਕਹਿ ਦਿੱਤਾ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ। ਸਹਿਬ ਕਹਿੰਦੇ ਨਹੀਂ, ਕਹਿਣ ਦੇ ਨਾਲ ਤੂੰ ਸਾਡੀ ਸ਼ਰਨ ਦੇ ਵਿੱਚ ਨਹੀਂ ਆ ਸਕਦਾ। ਜੇ ਹਮਰੋ ਸਿੱਖ ਹੋਇਓ ਚਹੈ, ਨਹੀਂ ਸੰਪਦਾ ਤੁਝ ਢਿੱਗ ਰਹੈ। ਸਾਹਿਬ ਨੇ ਇੱਕ ਫਿਰ ਬਚਨ ਕੀਤਾ ਪ੍ਰੀਖਿਆ ਵਾਸਤੇ। ਸਾਹਿਬ ਕਹਿੰਦੇ ਤੂੰ ਬੜਾ ਅਮੀਰ ਹੈ, ਬਹੁਤ ਤੇਰੇ ਕੋਲ ਧਨ ਹੈ, ਤੇ ਜੇ ਸਾਡੇ ਕੋਲ ਸਿੱਖੀ ਦੀ ਦਾਤ ਲੈਣ ਵਾਸਤੇ ਆਇਆ ਹੈ, ਹੋ ਸਕਦਾ ਸਿੱਖ ਬਣੇ ਤੇਰੇ ਕੋਲ ਸੰਪਦਾ ਦੌਲਤ ਗਵਾਚ ਜਾਏ, ਕਿ ਤੈਨੂੰ ਇਹ ਗੱਲ ਪ੍ਰਵਾਨ ਹੋਵੇਗੀ ਕਿ ਨਹੀਂ। ਨਰ ਉਪਹਾਸ ਕਰਹਿ ਸਮਝਾਵ ਹੈ, ਦੁਖੀ ਹੋਏ ਪੁਨ ਬਹੁ ਪਛਤਾਵ ਹੈ। ਮਹਾਰਾਜ ਕਹਿਣ ਲੱਗੇ ਵੀ ਕੀ ਪ੍ਰਵਾਨ ਕਰੇਗਾ ਵੀ ਮੇਰੇ ਕੋਲ ਦੌਲਤ ਚਲੀ ਜਾਏ, ਲੋਕ ਮੇਰੇ ਤੇ ਹੱਸਣ, ਬਾਅਦ ਵਿੱਚ ਮੈਂ ਪਛਤਾਵਾਂ, ਇਸ ਗੱਲ ਉੱਤੇ ਮੈਂ ਨਿਰਾਸ਼ ਹੋਵਾਂ। ਸੁਨਤ ਮਹੇਸ਼ੇ ਤਬਹਿ ਉਚਾਰਿਓ, ਤਨ ਮਨ ਧਨ ਤੁਮਰੇ ਪਰਵਾਰਿਓ। ਤੇ ਇਹ ਮਹੇਸ਼ਾ ਕਹਿਣ ਲੱਗਾ ਮਹਾਰਾਜ ਮੈਂ ਤਨ ਮਨ ਧਨ ਸਾਰਾ ਤੁਹਾਡੇ ਤੂੰ ਵਾਰਿਆ ਹੈ। ਨਾਸ਼ ਹੋਏ ਤੋ ਚਹੋ ਨਾ ਕੋ, ਤੁਮਰੋ ਪ੍ਰੇਮ ਕਰੋ ਦ੍ਰਿੜ ਸੋ। ਭਾਵੇਂ ਮੇਰਾ ਨਾਸ਼ ਹੋ ਜਾਏ, ਕੁਝ ਵੀ ਨਾ ਮੇਰੇ ਕੋਲ ਰਹੇ, ਮੇਰੀ ਦੌਲਤ ਖਤਮ ਹੋ ਜਾਏ, ਤਾਂ ਵੀ ਸਤਿਗੁਰੂ ਮੈਂ ਤੇਰੇ ਪਿਆਰ ਦੇ ਵਿੱਚ ਪੱਕਾ ਰਹਾਂਗਾ। ਸਭ ਦਿਸ਼ਤੇ ਮੈਂ ਤਿਆਗੀ ਆਸ, ਨਿਜ ਚਰਨਨ ਮਹਿ ਦੇਹੋ ਨਿਵਾਸ। ਮੈਂ ਸਾਰੀਆਂ ਆਸਾਵਾਂ ਦਾ ਤਿਆਗ ਕਰਕੇ ਤੇਰੇ ਚਰਨਾਂ ਦੇ ਵਿੱਚ ਆਇਆ ਹਾਂ, ਆਪਣੇ ਚਰਨਾਂ ਵਿੱਚ ਥਾਂ ਦਵੋ। ਦ੍ਰਿੜ ਨਿਸ਼ਚਾ ਦੇਖਿਓ ਜਿਸ ਕਾਲਾ, ਨਿਜ ਕਰ ਧਰਿਓ ਤਿਸੀ ਕੋ ਭਾਲਾ। ਸਾਹਿਬ ਨੇ ਮੱਥੇ ਉੱਤੇ ਹੱਥ ਰੱਖਿਆ ਹੈ ਉਹਦਾ, ਦ੍ਰਿੜ ਨਿਸ਼ਚਾ ਦੇਖ ਕੇ। ਸਤਨਾਮ ਸੋ ਮੰਤਰ ਜਪਾਵਾ, ਸਿੱਖ ਨੇ ਦ੍ਰਿੜ ਕੀਨਸ ਸੁਖ ਪਾਵਾ। ਤੇ ਸਤਿਗੁਰੂ ਨੇ ਜਿਹੜਾ ਸਤਨਾਮ ਦਾ ਮੰਤਰ ਸੀ ਉਹ ਦ੍ਰਿੜ ਕਰਵਾ ਦਿੱਤਾ, ਜਦੋਂ ਮਸਤਕ ਉੱਤੇ ਹੱਥ ਧਰਿਆ ਇਹਨੂੰ ਅੰਦਰ ਦਾ ਸੁੱਖ ਮਿਲਿਆ ਹੈ। ਬਾਹਰ ਕਸੋਟੀ ਮਹਿ ਸੋ ਕਸਿਓ, ਕੇਤਕ ਦਿਨ ਮਹਿ ਧਨ ਸਭ ਨਸਿਓ। ਤੇ ਕਵੀ ਜੀ ਕਹਿੰਦੇ ਹੁਣ ਇਹਦੇ ਤੇ ਪਰਖ ਦਾ ਜਿਹੜਾ ਪਰਚਾ ਹੈ ਉਹ ਪੈ ਗਿਆ ਹੈ, ਕਸੋਟੀ ਜਿਹੜੀ ਹੈ ਹੁਣ ਕਸੋਟੀ ਇਹਦੇ ਤੇ ਲੱਗ ਗਈ ਹੈ। ਬੜਾ ਅਮੀਰ ਸੀ ਤੇ ਗੁਰੂ ਨੇ ਕਿਹਾ ਵੀ ਇੱਕ ਪੈਸੇ ਪੈਸਾ ਹੋਵੇ, ਇੱਕ ਪਾਸੇ ਸਿੱਖੀ ਹੋਵੇ, ਤੇਰਾ ਪੈਸਾ ਖੁਸ ਜਾਵੇ, ਇੱਦਾਂ ਦੀ ਸਿੱਖੀ ਪ੍ਰਵਾਨ ਕਰੇਗਾ? ਕਹਿੰਦਾ ਜ਼ਰੂਰ ਪ੍ਰਵਾਨ ਕਰਾਂਗਾ ਮਹਾਰਾਜ, ਸਭ ਤੋਂ ਵੱਧ ਕੇ ਪਿਆਰੀ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਜਦੋਂ ਦਾ ਸਿੱਖ ਬਣਿਆ ਉਦੋਂ ਦੀ ਦੌਲਤ ਇਹਦੇ ਕੋਲ ਕੱਟਣੀ ਸ਼ੁਰੂ ਹੋ ਗਈ ਹੈ। ਜਿਸ ਜਿਸ ਕਾਰ ਵਿਖੇ ਜਿਹੇ ਦੀਨ, ਤਹਿ ਸਭ ਨਾਸ਼ਿਓ ਭਇਓ ਬਿਹੀਨ। ਜਿਹੜੇ ਇਹਦੇ ਕੰਮ ਕਾਰ ਸਨ, ਕੰਮ ਕਾਰ ਇਹਦੇ ਠੱਪ ਹੋ ਗਏ ਨੇ, ਜਿੱਥੇ ਵੀ ਇਹਦਾ ਪੈਸਾ ਸੀ ਉੱਥੇ ਹੀ ਖਤਮ ਹੋ ਗਿਆ ਹੈ। ਹਸਣ ਲੱਗੇ ਨਰ ਇਹੋ ਕਿਆ ਕੀਨੋ, ਸਿੱਖ ਹੋਏ ਤੇ ਕਿਆ ਕਿਤ ਲੀਨੋ। ਤੇ ਲੋਕਾਂ ਨੇ ਇਹਦੇ ਤੇ ਹੱਸਣਾ ਸ਼ੁਰੂ ਕਰਨ ਲੱਗੇ, ਲੋਕੀ ਕਹਿਣ ਲੱਗੇ ਵੀ ਸਿੱਖ ਬਣਿਆ
ਜਦੋਂ ਦਾ ਸਿੱਖ ਬਣਿਆ ਹੈ ਇਹਦਾ ਪੈਸਾ ਘਟਦਾ ਜਾ ਰਿਹਾ, ਕੰਮ ਕਾਰ ਇਹਦਾ ਠੱਪ ਹੋ ਰਿਹਾ ਹੈ, ਲੋਕਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਘਰ ਤੇ ਸੰਪਦ ਭਈ ਵਿਨਾਸ਼, ਅਨ ਬਸਤਰ ਕੀ ਤੋਟ ਨਾ ਪਾਸ। ਤੇ ਕਹਿਣ ਲੱਗੇ ਹੁਣ ਪਹਿਲਾਂ ਸਭ ਕੁਝ ਸੀ, ਅੰਨ ਧਨ ਬਸਤਰ ਸਭ ਕੁਝ ਸੀ, ਹੁਣ ਘਰ ਤੋਂ ਦੌਲਤ ਜਾਣੀ ਸ਼ੁਰੂ ਹੋ ਗਈ ਹੈ, ਨਿਤ ਦਿਨ ਘਾਟਾ ਪੈ ਰਿਹਾ ਹੈ। ਸੁਨਤ ਮਹੇਸ਼ੇ ਸਭ ਸੋ ਕਹਿਓ, ਮੈਂ ਗੁਰ ਊਚ ਪ੍ਰੇਮ ਪਦ ਲਹਿਓ। ਲੋਕ ਮਜ਼ਾਕ ਉਡਾਉਂਦੇ ਨੇ, ਕਹਿਣ ਲੱਗੇ ਸਿੱਖ ਬਣ ਕੇ ਕੀ ਖੱਟਿਆ, ਤੂੰ ਤੇ ਅਮੀਰ ਤੂੰ ਗਰੀਬ ਹੋ ਗਿਆ ਹੈ। ਤੇ ਅੱਗੂ ਜਵਾਬ ਦਿੰਦਾ ਹੈ, ਕਹਿਣ ਲੱਗਾ ਵੀ ਗੁਰੂ ਤੂੰ ਮੈਂ ਪਿਆਰ, ਗੁਰੂ ਤੂੰ ਸਿੱਖੀ ਪ੍ਰਾਪਤ ਕੀਤੀ ਜਿਹੜੀ ਸਭ ਤੋਂ ਉੱਚੀ ਵਸਤੂ ਹੈ। ਜੋ ਕਬਹੂ ਨਹਿ ਬਿਨ ਸੰਹਾਰਾ, ਦੁੱਖ ਸਾਗਰ ਤੇ ਕਰਹਿ ਉਧਾਰਾ। ਜੋ ਕਦੇ ਵੀ ਖਤਮ ਨਹੀਂ ਹੋਣ ਵਾਲੀ, ਜਿਹਨੇ ਦੁੱਖਾਂ ਦੇ ਸਾਗਰ ਤੋਂ ਮੈਨੂੰ ਪਾਰ ਲੰਘਾਉਣਾ ਹੈ। ਹੁਣ ਇਹਦੀ ਦੌਲਤ ਘਟਦੀ ਜਾ ਰਹੀ ਹੈ, ਪਰ ਅਜੇ ਤੱਕ ਇਹ ਸਿੱਖੀ ਦੇ ਵਿੱਚ ਪੂਰਾ ਹੈ। ਕਈ ਦਫ਼ਾ ਕੁਝ ਸੱਜਣ ਸਵਾਲ ਕਰਦੇ, ਜੀ ਜਦੋਂ ਅਸੀਂ ਪਾਠ ਕਰਦੇ ਹਾਂ ਸਾਡੇ 'ਤੇ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਨੇ, ਗੁਰਦੁਆਰੇ ਜਦੋਂ ਜਾਣਾ ਸ਼ੁਰੂ ਕਰਦੇ ਹਾਂ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਨੇ, ਇਹ ਸਿੱਖ ਸਜਿਆ ਹੈ, ਇਹਦੇ 'ਤੇ ਦੁੱਖ ਆਉਣੇ ਸ਼ੁਰੂ ਹੋ ਗਏ, ਇਹਦਾ ਪੈਸਾ ਘਟਣਾ ਸ਼ੁਰੂ ਹੋ ਗਿਆ, ਗਰੀਬ ਹੋਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ ਵੀ ਇਹ ਜਿਹੜਾ ਸਿੱਖ ਹੈ ਕਿਵੇਂ ਫਿਰ ਸਟੇਬਲ ਹੁੰਦਾ ਹੈ, ਕਿਵੇਂ ਦੁਬਾਰਾ ਫਿਰ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣੇਗਾ। ਆਉਣ ਵਾਲੀ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੰਤ ਵਿੱਚ ਬੇਨਤੀ ਹੈ, 24 ਤਰੀਕ ਨੂੰ ਬੁੱਧਵਾਰ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਅਤੇ 26 ਤਰੀਕ ਨੂੰ ਸ਼ੁੱਕਰਵਾਰ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਸੋ ਅਗਲੇ ਸ਼ੁੱਕਰਵਾਰ ਨੂੰ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਨਹੀਂ ਹੋਏਗੀ, ਸੋ ਇਹ ਜੋ ਦੀਵਾਨ ਨੇ, ਇੱਕ 24 ਤਰੀਕ ਦਾ ਦੀਵਾਨ ਬੁੱਧਵਾਰ ਦਾ ਅਤੇ ਇੱਕ ਸ਼ੁੱਕਰਵਾਰ ਦਾ ਦੀਵਾਨ, ਦੋ ਗੁਰਪੁਰਬ ਆ ਰਹੇ ਹਨ, ਸੋ ਆਪਾਂ ਨੇ ਮਨਾਉਣੇ ਨੇ। ਜੋ ਟਾਈਮਿੰਗ ਹੈ 6:30 ਤੋਂ 8:30 ਤੱਕ ਹੋਵੇਗੀ। ਕਥਾ ਕੀਰਤਨ ਦੇ ਦੀਵਾਨ ਸਜਾਏ ਜਾਣਗੇ। ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਹੁੰਮ ਹੁਮਾ ਕੇ ਪੁੱਜਣ ਦੀ ਕਿਰਪਾਲਤਾ ਕਰਨੀ ਹੈ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।